ਸਤਿ ਸ਼੍ਰੀ ਅਕਾਲ ਜੀ ਚੈਨਲ ਪੰਜਾਬੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਸេចਰੀ ਸਵਾਗਤ ਕਰਦੀ ਹਾਂ ਤੇ ਸਾਡੇ ਸਾਰੇ ਦਰਸ਼ਕਾਂ ਨੂੰ ਪ੍ਰਕਾਸ਼ ਪੂਰਬ ਦੀਆਂ ਬਹੁਤ-ਬਹੁਤ ਵਧਾਈਆਂ ਬੁਲੇਟ ਦਾ ਗਾਸ ਹੈਡਲਾਈਨਸ ਦੇ ਨਾਲ ਸ਼੍ਰੀ ਗੁਰ ਨਾਨਕ ਦੇਵ ਜੀ ਦੇ ਪ੍ਰਕਾਸ਼ ਪੂਰਬ ਦੀਆਂ ਹਰ ਪਾਸੇ ਰੌਣਕਾਂ ਚੈਨਲ ਪੰਜਾਬੀ ਦੀ ਟੀਮ ਦੇ ਵੱਲੋਂ ਸਿੱਖ ਅਕੈਡਮੀ ਦੇ ਬੱਚਿਆਂ ਦੇ ਲਈ ਫਿਰਦੇ ਦੀ ਨਿਵਾਈ ਗਈ ਸੇਵਾ ਛੋਟੇ ਬੱਚਿਆਂ ਨੇ ਦੱਸਿਆ ਗੁਰੂ ਜੀ ਦੀਆਂ ਸਿੱਖਿਆਵਾਂ ਫੋਬ ਦੇ ਬੇਤੇ ਫਸੇ ਕੁਝ ਅਟਰਾਖੜ ਡਰਾਈਵਰਾਂ ਦੇ ਨਾਲ ਕੀਤੀ ਚੈਨਲ ਪੰਜਾਬੀ ਨੇ ਗੱਲਬਾਤ ਟਰੱਕ ਡਰਾਈਵਰਾਂ ਨੇ ਬਿਆਨ ਕੀਤੀ ਮਡ ਸਲਾਈਡਸ ਦੇ ਵਿੱਚ ਫਸਣ ਦੀ ਸਾਰੀ ਦਾਸਤਾਨ ਖਬਰਾਂ ਵਿਸਾਰ ਦੇ ਨਾਲ ਅਜਿਹੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਮੋਕੇ ਜਿੱਥੇ ਕਿਸਾਨਾਂ ਦੇ ਬਿੱਲ ਰੱਦ ਹੋਣ ਦਾ ਤੋਹਫਾ ਮਿਲਿਆ ਉੱਥੇ ਅਬਸਫਰ ਦੇ ਵਿੱਚ ਹੜ੍ਹ ਪ੍ਰਭਾਵਿਤਾਂ ਦੇ ਲਈ ਅਰਦਾਸ ਕੀਤੀ ਜਾ ਰਹੀ ਹੈ ਆ ਚੈਨਲ ਪੰਜਾਬੀ ਦੀ ਟੀਮ ਦੇ ਵੱਲੋਂ ਸਿੱਖ ਅਕੈਡਮੀ ਸਰੀ ਦੇ ਬੱਚਿਆਂ ਦੇ ਲਈ ਪਿਜ਼ੇ ਦੀ ਸੇਵਾ ਨਿਭਾਈ ਗਈ ਤੇ ਬਹੁਤ ਸਾਰੇ ਬੱਚਿਆਂ ਦੇ ਨਾਲ ਇਸ ਸੰਬੰਧੀ ਗੱਲਬਾਤ ਵੀ ਕੀਤੀ ਗਈ ਕਿ ਇਸ ਦਿਨ ਦੀ ਮਹੱਤਤਾ ਕੀ ਹੈ ਛੋਟੇ ਬੱਚਿਆਂ ਨੇ ਕੁਝ ਇਸ ਤਰ੍ਹਾਂ ਇਹਨਾਂ ਗੱਲਾਂ ਨੂੰ ਬਿਆਨ ਕੀਤਾ ਸਸ਼ਕਲ ਜੀ ਅਸੀਂ ਸਿੱਖ ਅਕੈडमी ਅੱਜ ਪਹੁੰਚੇ ਹੋયા ਤੇ ਸਭ ਤੋਂ ਪਹਿਲਾਂ ਤਾਂ ਚੈਨਲ ਪੰਜਾਬੀ ਦੀ ਸਾਰੀ ਟੀਮ ਦੇ ਵੱਲੋਂ ਸਮੂਹ ਸੰਤਾਂ ਨੂੰ ਸਾਡੇ ਸਾਰੇ ਦਰਸ਼ਕਾਂ ਨੂੰ ਜਿਹੜੀਆਂ ਨੇ ਪ੍ਰਕਾਸ਼ ਪੁਰਬ ਦੀਆਂ ਬਹੁਤ-ਬਹੁਤ ਵਧਾਈਆਂ ਜੀ ਔਰ ਸਿੱਖ ਅਕੈडमी ਦੇ ਵਿੱਚ ਅਸੀਂ ਪਹੁੰਚੇ ਤੇ ਬੱਚਿਆਂ ਦੇ ਵੱਲੋਂ ਬਹੁਤ ਸਾਰੀਆਂ ਤਿਆਰੀਆਂ ਕੀਤੀਆਂ ਗਈਆਂ ਨੇ ਔਰ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਦੇ ਮੌਕੇ ਦੇ ਉੱਤੇ ਖਾਸ ਤਰ੍ਹਾਂ ਦੇ ਕਈ ਤਰ੍ਹਾਂ ਦੇ ਪ੍ਰੋਗਰਾਮ ਵੀ ਜਿਹੜੇ ਨੇ ਉਹ ਉਲੇਖੇ ਗਏ ਨੇ ਸੋ ਚੈਨਲ ਪੰਜਾਬੀ ਦੀ ਟੀਮ ਦੇ ਵੱਲੋਂ ਇਨ੍ਹਾਂ ਬੱਚਿਆਂ ਦੇ ਲਈ ਜਿਹੜੀ ਪੀਜ਼ਾ ਦੀ ਸੇਵਾ ਉਹ ਨਿਭਾਈ ਜਿਹੜੀ ਗਈ ਹੈ ਔਰ ਬੱਚੇ ਅੱਜ ਸੁਣੀਆਂ ਗੱਲਾਂ ਵੀ ਹੋਈਆਂ ਨੇ ਉਹ ਵੀ ਤੁਹਾਨੂੰ ਸੁਣਾਵਾਂਗੇ ਅਸੀਂ ਬੱਚੇ ਸਾਰੇ ਜਾਣਦੇ ਨੇ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਸੰਦੇਸ਼ ਜਿਹੜੇ ਨੇ ਉਹਨਾਂ ਨੇ ਕੀ ਦਿੱਤੇ ਨੇ ਕੀ ਉਹਨਾਂ ਦੀਆਂ ਸਿੱਖਿਆਵਾਂ ਨੇ ਤੇ ਕੀ ਉਹਨਾਂ ਨੂੰ ਇਸ ਅਕੈਡਮੀ ਦੇ ਵਿੱਚ ਵੀ ਜਿਹੜਾ ਉਹ ਸਿੱਖਿਆ ਦਿੱਤੀ ਜਾਂਦੀ ਹੈ ਇਸ ਸਬੰਧੀ ਵੀ ਉਹਨਾਂ ਨਾਲ ਗੱਲਬਾਤਾਂ ਕਰਾਂਗੇ ਮਹਿੰਦਰ ਪਾਲ ਸਿੰਘ ਜੀ ਜਿਸ ਵੇਲੇ ਸਨਾ ਨਾਲ ਜੁੜੇ ਹੋਏ ਨੇ ਮਹਿੰਦਰ ਜੀ ਤੁਸੀਂ ਜਿਸ ਤਰੀਕੇ ਨਾਲ ਇੱਥੇ ਬੱਚੇ ਅੱਜ ਦਾ ਦਿਨ ਖਾਸ ਕਾਫੀ ਹੈਗਾ ਪ੍ਰਕਾਸ਼ ਪੂਰਵ ਦਾ ਮੌਕਾ ਹੈਗਾ ਬੱਚਿਆਂ ਨੇ ਅੱਜ ਦਾ ਦਿਨ ਨੂੰ ਕਿਵੇਂ ਦੀ ਤਿਆਰੀ ਜਿਹੜੀ ਆ ਉਹਨਾਂ ਵੱਲੋਂ ਕੀਤੀ ਗਈ ਕੀ ਕੁਝ ਹੋਰ ਕਰਨ ਜਾ ਰਹੇ ਨੇ ਬੱਚੇ ਅੱਜ ਸਵਾਗਤ ਜੀ ਸਭ ਤੋਂ ਪਹਿਲਾਂ ਮੈਂ ਆਪ ਜੀਆਂ ਆਖਦਾ ਹਾਂ ਤੁਸੀਂ ਟਾਈਮ ਕੱਢ ਕੇ ਸਿੱਖ ਅਕੈਡਮੀ ਸਕੂਲ ਦੇ ਵਿੱਚ ਵਿਜ਼ਿਟ ਕਰਨ ਆਏ ਹੋ ਤੇ ਤੁਹਾਡਾ ਬਹੁਤ-ਬਹੁਤ ਧੰਨਵਾਦ ਤੁਸੀਂ ਪੀਜ ਦੀ ਸੇਵਾ ਵੀ ਕੀਤੀ ਹੈ ਸੋ ਅੱਜ ਦਾ ਦਿਨ ਜਿਹੜਾ ਸਿੱਖਾਂ ਵਾਸਤੇ ਬਹੁਤ ਮਹੱਤਵਪੂਰਨ ਦਿਨ ਹੈ ਅੱਜ ਸਾਡੇ ਸਿੱਖੀ ਦੀ ਨੀਂਹ ਰੱਖਣ ਵਾਲੇ ਫਾਊਂਡਰ ਧੰਗੁਰ ਨਾਨਕ ਸਾਹਿਬ ਦਾ ਪ੍ਰਕਾਸ਼ ਪੁਰਬ ਹੈ ਜਿਹਦੇ ਵਾਸਤੇ ਤੁਸੀਂ ਵਧਾਈਆਂ ਦਿੱਤੀਆਂ ਤੇ ਸਾਡੇ ਸਕੂਲ ਵੱਲੋਂ ਵੀ ਸਾਰੀ ਮੈਨੇਜਮੈਂਟ ਵੱਲੋਂ ਵੀ ਸਾਰੇ ਸਿੱਖ ਪੰਥ ਨੂੰ ਸਾਰੇ ਜਗਤ ਨੂੰ ਕਿਉਂਕਿ ਉਹ ਜਗਤ ਗੁਰੂ ਨੇ ਸਾਡੇ ਕਾਲੇ ਸਿੱਖਾਂ ਦੇ ਗੁਰੂ ਨਹੀਂ ਹੈ ਉਹ ਜਗਤ ਗੁਰੂ ਨੇ ਜਗਤ ਗੁਰੂ ਬਾਬੇ ਨਾਨਕ ਦੀਆਂ ਬਹੁਤ ਬਹੁਤ ਵਧਾਈਆਂ ਸਕੂਲ ਦੇ ਵਿੱਚ ਕਿਉਂਕਿ ਇਹਦਾ ਨਾਂ ਹੀ ਸਿੱਖ ਦੇ ਨਾਲ ਜੜਿਆ ਆ ਸਿੱਖ ਅਕੈਡਮੀ ਸੋ ਸਿੱਖਾਂ ਦੇ ਨਾਂ ਨਾਲ ਜੁੜਿਆ ਹੋਣ ਕਰਕੇ ਇੱਥੇ ਬੜੇ ਧੂਮ ਧਾਮ ਨਾਲ ਬੱਚਾਂ 'ਤੇ ਬਹੁਤ ਉਤਸ਼ਾਹ ਅੱਜ ਦੇ ਦਿਨ ਵਾਸਤੇ ਤੁਸੀਂ ਦੇਖਿਓ ਕਿੰਨੀਆਂ ਸੋਹਣੀਆਂ ਲੜੀਆਂ ਕਿੰਨਾ ਸੋਹਣਾ ਡੈਕੋਰੇਸ਼ਨ ਬੱਚਿਆਂ ਨੇ 7th ਗ੍ਰੇਡ ਤੱਕ ਦੇ ਬੱਚਿਆਂ ਨੇ ਬੜੇ ਅੰਦਰੋਂ ਚਾ ਨਾਲ ਇੱਕ ਇੱਕ ਚੀਜ਼ ਡੈਕੋਰੇਟ ਕੀਤੀ ਆ ਔਰ ਗੁਰਦੁਆਰਾ ਸਾਹਿਬ ਵਾਸਤੇ ਅ ਦਬੇਟ ਉਹਨਾਂ ਦੇ ਜੀਵਨ ਬਾਰੇ ਅ بڑا ਗੁਰਦੁਆਰਾ ਸਾਹਿਬ ਦੇ ਵਿੱਚ ਸ਼ਬਦ ਕੀਰਤਨ ਦਾ ਪ੍ਰੋਗਰਾਮ ਸੋ ਤਿੰਨ ਦਿਨਾਂ ਤੋਂ ਜਿਉਂ ਇੱਥੇ ਖੰਨਪੜ ਸੇ ਆਰੰਭ ਹੋਇਆ ਗੁਰਦੁਆਰਾ ਸਾਹਿਬ ਸਾਹਮਣੇ ਦਸ਼ਮੇਸ਼ ਦਰਬਾਰ ਉਦਨ ਤੋਂ ਹੀ ਬੱਚਿਆਂ ਨੂੰ ਅ ਲੰਗਰ ਦੀ ਸੇਵਾ ਇੱਥੇ ਵੀ ਤਿੰਨੇ ਦਿਨ ਲੰਚ ਵਾਸਤੇ ਉਹਨਾਂ ਨੂੰ ਕਿਹਾ ਵੀ ਅੱਜ ਲੰਗਰ ਲੰਗਰ ਨਹੀਂ ਲੈ ਕੇ ਆਉਣਾ ਤੁਸੀਂ ਤਿੰਨ ਦਿਨ ਸੋ ਛੋਲੇ ਪਟੂਰੇ ਤੇ ਚੀ ਪੀਜ਼ਾ ਤੇ ਨਾਲ ਨਾਲ ਪਹਿਲੇ ਦਿਨ ਉਹਨਾਂ ਨੂੰ ਹੋਰ ਵੀ ਕਾफी ਕੁਝ ਸਿਖਾਇਆ ਗਿਆ ਸੋ ਪੇਰੈਂਟਸ ਵੱਲੋਂ ਬਾਕੀ ਤੁਹਾਡੇ ਵਾਂਗੂ ਵੀਰਾਂ ਵਾਂਗੂ ਸਾਰਿਆਂ ਵੱਲੋਂ ਇਹ ਜਿਹੜਾ ਬੜਾ ਸਤੂੰਤਾਮ ਨਾਲ ਇੱਥੇ ਮਨਾਇਆ ਜਾ ਰਿਹਾ ਤੇ ਸਲਾਈਡ ਸ਼ੋ ਬੱਚਿਆਂ ਨੇ ਬੜੇ ਸੋਹਣੀ ਤਿਆਰ ਕੀਤੇ ਨੇ ਔਰ ਛੋਟੇ-ਛੋਟੇ ਬੱਚੇ ਜਦੋਂ ਬੜਾ ਸੋਹਣੀ ਤਰ੍ਹਾਂ ਦੱਸਦੇ ਨੇ ਸਾਡੇ ਗੁਰੂ ਨਾਨਕ ਦੇਵ ਜੀ ਨੇ ਕਿਹਾ ਆ ਕਿਰਤ ਕਰੋ ਨਾਮ ਜਪੋ ਵੰਡ ਛਕੋ ਸੋ ਫਿਰ ਉਹਨਾਂ ਨੂੰ ਪਤਾ ਵੀ ਕਿਰਤ ਕੀ ਹੈ ਕਰੋਣਾ ਆਪ ਦੱਸ ਦੇਣਾ ਜਦੋਂ ਇੰਨੇ ਪਿਆਰੇ ਲੱਗਦੇ ਨੇ ਇੰਨਾ ਚੰਗਾ ਲੱਗਦਾ ਵੀ ਇਹ ਸਾਡੀ ਆਉਣ ਵਾਲੀ ਪਨੀਰੀ ਜਿਹੜੀ ਆ ਇਹਨਾਂ ਨੇ ਪ੍ਰਚਾਰ ਕਰਨਾ ਆ ਇਹ ਸਾਡੀ ਆਉਣ ਵਾਲੀ ਪਨੀਰੀ ਜਿਹੜੀ ਆ ਤਿਆਰ ਹੋ ਰਹੀ ਹੈ ਬਿਲਕੁਲ ਔਰ ਅਸੀਂ ਇੱਥੇ ਪਿੱਛੇ ਦੇਖਿਆ ਮਹਿੰਦਰ ਜੀ ਇਹ ਬਹੁਤ ਸਾਰੇ ਜੜੀ ਨੇ ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ਜੜੀਆਂ ਪੇਂਟਿੰਗਸ ਵੀ ਬੜੀਆਂ ਸੋਹਣੀਆਂ ਬੱਚਿਆਂ ਵੱਲੋਂ ਬਣਾਏ ਗਿਆ ਨੇ ਇਹ ਸਿੱਖਿਆਵਾਂ ਜੜੀਆਂ ਨੇ ਇਹ ਲਿਖਿਆ ਗਿਆ ਨੇ ਆ ਦੇਖੋ ਇਹ ਉਦਾਸੀਆਂ ਨੇ ਹੁਣ ਉਦਾਸੀਆਂ ਜੜੀਆਂ ਸਾਡੇ ਗੁਰੂ ਸਾਹਿਬ ਨੇ ਬਿਨਾ ਕਿਸੇ ਭੇਦ ਭਾਪ ਦੇ ਜਗਤ ਨੂੰ ਤਾਰਨ ਵਾਸਤੇ ਚਾਰ ਉਦਾਸੀਆਂ ਕੀਤੀਆਂ ਚਾਰ ਫੇਰੀਆਂ 22 ਸਾਲ ਦੇ ਪੂਰਾ ਟਾਈਮ ਲੱਗਾ 22 ਸਾਲ ਦੇ ਵਿੱਚ ਉਹਨਾਂ ਨੇ ਸਾਰੇ ਪਾਸੇ ਇਹ ਸਾਰਾ ਨਕਸ਼ਾ ਬਣਾਇਆ ਗਿਆ ਆ ਕਿ ਕਿੱਥੇ ਕਿੱਥੇ ਤਰਕੀ ਆ ਕਿੱਥੇ ਆਪਣਾ ਮੱਕਾ ਮਦੀਨਾ ਆ ਵੀ ਉਹ ਹਰ ਧਰਮ ਦੇ ਭਾਵੇਂ Hindu ਧਰਮ ਸੋਲੇ ਬਹੁਤ ਚੱਲਦਾ ਸੀ ਉਹਨਾਂ ਸਾਰਿਆਂ ਵੱਲ ਗਏ ਜੀ ਔਰ ਉਹਨਾਂ ਉਦਾਸੀਆਂ ਦੀ 사ऊदी ਅਰਬ ਦੇ ਵਿੱਚ ਗਏ ਦੇਖੋ ਕਿੱਥੇ ਜੁਗੰਡਾ ਆ ਕਿੱਧਰ ਉਧਰ ਇਹ ਸਾਰੇ ਪਾਸੇ ਗੁਰੂ ਸਾਹਿਬ ਪੈਦਲ ਗਏ ਨੇ ਉਹ ਦੇਖੋ ਉਹਨਾਂ ਨੇ ਦਿਖਾਇਆ ਨਾਲ ਤੇ ਕਿ ਉਹਨਾਂ ਕੋਲ ਹੱਥ 'ਚ ਕੋਈ ਹਥਿਆਰ ਨਹੀਂ ਉਸ ਵੇਲੇ ਤਾਂ ਪੂਰਾ ਜੰਗਲ ਸੀਗਾ ਤੇ ਸੱਚੇ ਪਾਤਸ਼ਾਹ ਖੜਾਵਾ ਪਾ ਕੇ ਤੇ ਇੱਕ ਲਾਠੀ ਹੱਥ 'ਚ ਫੜੀ ਹੋਈ ਆ ਤੇ ਉਹਦੇ ਨਾਲ ਬਾਬਾ ਕੀ ਸੀ ਨਾਲ ਮਰਦਾਨਾ ਜੀ ਤੇ ਗਾ ਗਾ ਕੇ ਇਹ ਪਹਿਲੀ ਵਾਰੀ ਹੋਇਆ ਸਿੱਖ ਮਤਲਬ ਕਿਸੇ ਧਰਮ ਦੇ ਵਿੱਚ ਕਿਸੇ ਪ੍ਰਚਾਰਕ ਨੇ ਕਿਸੇ ਉਹਨਾਂ ਦੇ ਫਾਊਂਡਰ ਨੇ ਗਾ ਕੇ ਆਪ ਗਾ ਕੇ ਬਾਣੀ ਦਾ ਉਪਦੇਸ਼ ਦਿੱਤਾ ਤੇ ਗਾ ਕੇ ਲੋਕਾਈ ਨੂੰ ਕੀ ਸਾਰੇ ਪਸ਼ੂ ਪੰਛੀ ਵੀ ਉਸ ਵੇਲੇ ਆ ਕੇ ਗੁਰੂ ਮਹਾਰਾਜ ਦੇ ਸਾਦੇ ਤਾਬਿਆ ਹੋ ਜਾਂਦੇ ਸੀਗੇ ਪਰਾਲਾ ਜਿਹੜਾ ਸਿੱਖ ਅਕਾਦਮੀ ਦੇ ਵੱਲੋਂ ਤੇ ਤੁਹਾਡੇ ਸਾਰਿਆਂ ਦੇ ਵੱਲੋਂ ਮਿਲਜੁਲ ਕੇ ਜਿਹੜਾ ਕੀਤਾ ਜਾ ਰਿਹਾ ਸੋ ਇੱਥੇ ਛੋਟੇ-ਛੋਟੇ ਬੱਚੇ ਹੈਗੇ ਨੇ ਅਸੀਂ ਉਹਨਾਂ ਦੇ ਨਾਲ ਵੀ ਗੱਲ ਕਰਨਾ ਚਾਹਾਂਗੇ ਔਰ ਅਸੀਂ ਚਾਹਾਂਗੇ ਬੱਚੇ ਸਾਡੇ ਕੋਲ ਆਣ ਤੇ ਪੰਜਾਬੀ ਦੇ ਵਿੱਚ ਆਪਾਂ ਜੜੀਆਂ ਤੁਹਾਡੇ ਨਾਲ ਗੱਲਾਂ ਕਰਾਂਗੇ ਸਭ ਤੋਂ ਪਹਿਲਾਂ ਤਾਂ ਸਤਿ ਸ਼੍ਰੀ ਅਕਾਲ ਤੁਹਾਨੂੰ ਦੋਨਾਂ ਨੂੰ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਸੋ ਹੁਣ ਇਹ ਦੱਸੋ ਵੀ ਅੱਜ ਦਾ ਦਿਨ ਹੈ ਅੱਜ ਪ੍ਰਕਾਸ਼ ਪੂਰਵ ਹੈ ਤੇ ਪ੍ਰਕਾਸ਼ ਪੂਰਵ ਦਾ ਜਿਹੜਾ ਉਹ ਮਤਲਬ ਕੀ ਹੁੰਦਾ ਅੱਜ ਕਿਹੜੇ ਗੁਰੂ ਜਿਹੜੇ ਨੇ ਉਹਨਾਂ ਦਾ ਜਨਮ ਦਿਨ ਹੈ ਪ੍ਰਕਾਸ਼ ਪੂਰਵ ਹੈ ਮਹਿੰਦਰ ਜੀ ਤੁਸੀਂ ਵੀ ਨਾਲ ਖੜ ਸਕਦੇ ਹੋ ਅੱਜ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪਰਗਸ ਦੀ ਵਜ ਆਪਾਂ ਸੈਲੈਬ੍ਰੇਟ ਕਰਦੇ ਆ ਇੱਥੇ ਹੁਣ ਆਪਾਂ ਕੀਰਤਨ ਕਰਨਾ ਆਪਣ ਨੂੰ ਖਾਣਾ ਮਿਲਦਾ ਆਪਾਂ ਗ੍ਰੇਟਫੁਲ ਆ ਹਾਂਜੀ ਸੋ ਤੁਸੀਂ ਦੱਸੋ ਅੱਜ ਦਾ ਦਿਨ ਜਿਹੜਾ ਹੈ ਕੀ ਕੀਤਾ ਅੱਜ ਦਾ ਦਿਨ ਖਾਸ ਕਿਉਂ ਲੱਗ ਰਿਹਾ ਹੈ ਤੁਹਾਡੇ ਜਿਸ ਤਰੀਕੇ ਨਾਲ ਟੀਚਰ ਨੇ ਸਾਨੂੰ ਦੱਸਿਆ ਵੀ ਅੱਜ ਸਵੇਰੇ ਬੱਚਿਆਂ ਨੂੰ ਛੋਲੇ ਭਟੂਰੇ ਖੁਲਾਏ ਗਏ ਹੈ ਨਾ ਅੱਜ ਸਾਰਾ ਦਿਨ ਇਦਾਂ ਚੱਲਣਾ ਲਗਾਤਾਰ 3 ਦਿਨ ਤੋਂ ਜਿਹੜੀ ਹੈ ਉਹ ਸੇਵਾ ਨਿਭਾਈ ਜਾ ਰਹੀ ਹੈ ਸੋ ਇਹ ਕਿਉਂ ਕੀਤਾ ਜਾ ਰਿਹਾ ਹੈ ਆਪਾਂ ਸਾਰੇ ਕਿਉਂ ਇਹ ਮਨਾ ਰਹੇ ਆ ਪ੍ਰਕਾਸ਼ਪੁਰਬ ਦਾ ਮਤਲਬ ਜਿਹੜਾ ਹੈ ਉਹ ਕੀ ਹੁੰਦਾ ਇਧਰ ਨੂੰ ਆਜੋ ਕੈਮਰੇ ਉਮ ਆਪਾਂ ਗ੍ਰੇਟਫੁਲ ਨੇ ਕਿ ਆਪਾਂ ਨੂੰ ਖਾਣਾ ਮਿਲਦਾ ਨਾਲੇ 3 ਡੇਜ਼ ਇਨ ਅ ਰੋਪ ਆਪਾਂ ਨੂੰ ਮਿਲਿਆ ਖਾਣਾ ਐਂਡ ਆਪਾਂ ਸੈਲੀਬ੍ਰੇਟ ਕਰਦੇ ਹਾਂ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਅਮ ਨਾਲੇ ਅੱਜ ਐਕਸਟੈਂਡਡ ਕੀਰਤਨ ਵੀ ਹੋਣਾ ਆ ਬੋਕ ਐਂਡ ਅਮ ਸਨੂ ਤਨ ਦਿਨ ਰੋਜ ਲੰਗਰ ਮਿਲਿਆ ਸੋ ਪ੍ਰਕਾਸ਼ ਪੁਰਬ ਦਾ ਮਤਲਬ ਹੁੰਦਾ ਕੀ ਹੈ ਗੁਰੂ ਨਾਨਕ ਦੇਵ ਜੀ ਪਤਾ ਕੌਣ ਸੀਗੇ ਹਾਂਜੀ ਗੁਰੂ ਨਾਨਕ ਦੇਵ ਜੀ ਅਮ ਸਿੱਖਾਂ ਦੇ ਫਾਊਂਡਰ ਸੀ ਐਂਡ ਉਹਨਾਂ ਨੇ ਅਮ ਸਿੱਖੀ ਨੂੰ ਲਿਖ ਸ਼ੁਰੂ ਕੀਤਾ ਸੋ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਸਿੱਖੀ ਨੂੰ ਸ਼ੁਰੂ ਕੀਤਾ ਹੈ ਨਾ ਇਹ ਤਾਂ ਇਹਨਾਂ ਨੂੰ ਪਤਾ ਹੈ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਆਪਾਂ ਨੂੰ ਕਿਹੜੀਆਂ-ਕਿਹੜੀਆਂ ਜਿਹੜੀਆਂ ਸਿੱਖਿਆਵਾਂ ਤੇ ਚੱਲਣ ਦੇ ਲਈ ਕਿਹਾ ਹੈ ਤੁਹਾਨੂੰ ਪਤਾ ਨਾ ਹੈ ਦੱਸੋ ਮੈਂ 3 ਮੇਨ ਚੀਜ਼ਾਂ ਆਪਾਂ ਨੂੰ ਦੱਸੀ ਆ 1 ਵੰਡ ਛਕੋ ਕੀਰਤ ਕਰੋ ਨਾਮ ਜਪੋ ਤੇ ਆਪਾਂ ਇਹ ਸਾਰੀਆਂ ਜਿਹੜੀਆਂ ਟੀਚਿੰਗਸ ਐ ਸਾਰੀਆਂ ਸਿੱਖਿਆਵਾਂ ਤੇ ਆਪਾਂ ਸਾਰੇ ਚੱਲਦੇ ਆ ਹਾਂਜੀ ਤੇ ਫਿਰ ਕੀਤ ਕਰੀ ਸੇਵਾ ਕਰੀ ਦਿਆ ਨਾਮ ਜਪੀਦਾ ਸਿਮਰਨ ਕਰੀਦਾ ਸਵੇਰੀ ਉੱਠ ਕੇ ਇਤਨੇਮ ਕਰੀਦਾ ਸਰਪ੍ਰੇਖ ਕਰੀਦਾ ਵੈਰੀ ਗੁੱਡ ਤੇ ਆਪਾਂ ਜਦੋਂ ਲੰਗਰ ਖਾਂਦੇ ਹੁਣ ਥੋੜਾ ਜਿਹਾ ਉੱਚੀ ਬੋਲਣਾ ਹੈ ਨਾ ਤੇ ਜਦੋਂ ਆਪਾਂ ਲੰਗਰ ਖਾਂਦੇ ਆ ਗੁਰਦੁਆਰਾ ਦੇ ਵਿੱਚ ਬੈਠ ਕੇ ਲੰਗਰ ਦਾ ਜਿਹੜਾ ਮਤਲਬ ਹੈ ਕੀ ਹੁੰਦਾ ਹੈ ਲੰਗਰ ਦੀ ਸੇਵਾ ਜਿਹੜੀ ਹੈ ਉਹ ਕਿੱਥੋਂ ਆਪਣੇ ਵਿੱਚ ਆਈ ਹੈ ਇਹਦੇ ਬਾਰੇ ਪਤਾ ਥੋੜਾ ਜਿਹਾ ਹਾਂਜੀ ਜਿਵੇਂ ਆਪਾਂ ਫੇਰ ਗ੍ਰੇਟਫੁਲ ਹੋ ਕੇ ਖਾਣਾ ਸੈਲਫਿਸ਼ ਨਹੀਂ ਖਾਣਾ ਜਿਵੇਂ ਬਾਲਾ ਨਹੀਂ ਖਾਣਾ ਵੀ ਨਾਈਸਲੀ ਖਾਣਾ ਰਿਸਪੈਕਟਫੁਲ ਵੇ ਦੇ ਵਿੱਚ ਹਮੇ ਸਰ ਕੁਝ ਵਧੀਆ ਕਰਕੇ ਖਾਣਾ ਹਾਂਜੀ ਸਰਬਤ ਦਾ ਪਲਾ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਕਿਹਾ ਨਾ ਸਰਬਤ ਦਾ ਪਲਾ ਤੇ ਸਰਬਤ ਦੇ ਭਲੇ ਦਾ ਮਤਲਬ ਜਿਹੜਾ ਉਹ ਕੀ ਹੁੰਦਾ ਆਮ ਸਰਬਤ ਦੇ ਭਲੇ ਦਾ ਮਤਲਬ ਹੁੰਦਾ ਕਿ ਆਮ ਸਾਰੇ ਇੱਕਿਆ ਨਾਲੇ ਅ ਵੱਖਰੇ ਵੱਖਰੇ ਤਰ੍ਹਾਂ ਵੀ ਆਪਾਂ ਫਿਰ ਵੀ ਸਾਰੇ ਇੱਕ ਆ ਤਾਂ ਕਰਕੇ ਆਪਾਂ ਜਦੋਂ ਲੰਗਰ ਖਾਂਦੇ ਸਾਰੇ ਈ ਥੱਲੇ ਬਿੰਦੇ ਆ ਕੋਈ ਉਪ ਕੋਈ ਜਾ ਹਾਈ ਨਹੀਂ ਸੋ ਸਿੱਖ ਅਕੈਡਮੀ ਦੇ ਵਿੱਚ ਜਿਹੜਾ ਉਹ ਕੀ ਪੜਾਇਆ ਜਾਂਦਾ ਹੈ ਸ੍ਰੀ ਗੁਰੂ ਨਾਨਕ ਦੇਵ ਜੀ ਬਾਰੇ ਸਾਰੀਆਂ ਗੱਲਾਂ ਹਨਾ ਤੁਹਾਨੂੰ ਪਤਾ ਤੁਹਾਨੂੰ ਪੜਾਇਆ ਜਾਂਦਾ ਹੈ ਤੇ ਕਿੱਦਾਂ ਲੱਗਦਾ ਸਾਰੇ ਗੁਰੂਆ ਬਾਰੇ ਜਾਣ ਕੇ ਪੜ੍ਹਾਈ ਇੱਥੇ ਕਰਕੇ ਪੰਜਾਬੀ ਵੀ ਆਂਦੀ ਹੈ ਹਨਾ ਕਿ ਕਿਦਾਂ ਦਾ ਲੱਗਦਾ ਸਿੱਖ ਅਕੈਡਮੀ ਦੇ ਟੀਚਰ ਕਿਦਾਂ ਪੜਾਉਂਦੇ ਨੇ ਵਧੀਆ ਪੜ੍ਹਾਉਂਦੇ ਨੇ ਵਧੀਆ ਲੱਗਦਾ ਵੀ ਸਾਨੂੰ ਸਾਨੂੰ ਪਤਾ ਜੇ ਕੋਈ ਆਪਣ ਨੂੰ ਕੁਝ ਪੁੱਛਦਾ ਆਪਾਂ ਦੱਸ ਸਕਦੇ ਆ ਤੁਹਾਨੂੰ ਵਧੀਆ ਲੱਗਦਾ ਵੀ ਆਪਾਂ ਜਿਵੇਂ ਤੁਹਾਨੂੰ ਪਤਾ ਲੱਗ ਜਾਂਦਾ ਸੋ ਅੱਜ ਕੱਲ ਨਾ ਬੜਾ ਹੁੰਦਾ ਕਿ ਜਿੱਦਾਂ ਪੰਜਾਬੀ ਘੱਟ ਬੋਲਦੇ ਆ ਇੱਥੋਂ ਦੇ ਬੱਚੇ ਹਨਾ ਘਰ ਜਾ ਕੇ ਪੰਜਾਬੀ ਬੋਲਦੇ ਹੋ ਅਮੀ ਰਾੜੀ ਨਾਲ ਜੋ ਸਕੂਲ ਦੇ ਵਿੱਚ ਪੜਾਇਆ ਜਾਂਦਾ ਉਹਨਾਂ ਨੂੰ ਜਾ ਕੇ ਦੱਸਦੇ ਆ ਸਾਰਾ ਪੰਜਾਬੀ ਦੇ ਵਿੱਚ ਹਾਂਜੀ ਦੱਸਦੇ ਆ ਨਾਲੇ ਜੋ ਸਾਨੂੰ ਨਹੀਂ ਸਮਝ ਲੱਗਦੀ ਉਹ ਪੰਨੂ ਸੇਟਰ ਨੂੰ ਸਮਝਾ ਦਿੰਦੇ ਆ ਐਂਡ ਅਮ ਹੋਰ ਵੀ ਸਾਨੂੰ ਅਮ ਲਰਨ ਕਰਨ ਨੂੰ ਮਿਲਦਾ ਹੈ ਕਿ ਜਾਂ ਕੇ ਹੁਣ ਆਪਾਂ ਨੂੰ ਬਹੁਤ ਸਾਰੇ ਜਿਹੜੇ ਲੋਕ ਹਨ ਸਾਰੇ ਆਪਾਂ ਨੂੰ ਕੈਮਰੇ ਤੇ ਦੇਖ ਰਿਹਾ ਹੈ ਟੀਵੀ ਤੇ ਆਪਣੇ ਘਰ ਦੇ ਵਿੱਚ ਬੈਠੇ ਹੋਏ ਦੇਖ ਰਿਹਾ ਹੈ ਆਪਾਂ ਉਹਨਾਂ ਸਾਰਿਆਂ ਨੂੰ ਇੱਕ ਵਧੀਆ ਜਿਹਾ ਮੈਸੇਜ ਦੇਣਾ ਜੋ ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ਸਾਰੇ ਸੰਸਾਰ ਦੇ ਵਾਸਤੇ ਜੋ ਉਹਨਾਂ ਨੇ ਸਿੱਖਿਆਵਾਂ ਦਿੱਤੀਆਂ ਨੇ ਠੀਕ ਹੈ ਜਿਨ੍ਹਾਂ ਚੋਂ ਆਪਾਂ ਨੂੰ ਕੋਈ ਥੋੜੀ-ਥੋੜੀ ਯਾਦ ਹੈ ਉਹ ਆਪਾਂ ਸਾਰਿਆਂ ਨੂੰ ਮੈਸੇਜ ਦੇਣਾ ਠੀਕ ਹੈ ਉਹਦੇ ਵਿੱਚ ਤੁਸੀਂ ਦੱਸੋ ਜੇ ਤੁਸੀਂ ਅੱਜ ਸਾਰੇ ਲੋਕਾਂ ਨੂੰ ਘਰ ਬੈਠੇ ਤੁਹਾਡੇ ਪੇਰੈਂਟਸ ਵੀ ਦੇਖ ਰਹੇ ਨੇ ਰਿਸ਼ਤੇਦਾਰ ਵੀ ਸਾਰੇ ਦੇਖ ਰਹੇ ਨੇ ਤਾਂ ਉਹਨਾਂ ਨੂੰ ਅੱਜ ਦੇ ਦਿਨ ਕੀ ਮੈਸੇਜ ਦੇਣਾ ਚਾਹੋਗੇ ਵੀ ਕਿ ਇਕ ਜਿਤ ਕਰੋ ਨਾਮ ਦੇ ਕੋ ਵੰਸੋ ਕੋ ਨਾਈਸ ਬਣੋ ਗ੍ਰੇਟਫੁਲ ਕਾ ਕੇ ਖੋਰ ਰਿਸਪੈਕਟਫੁਲ ਸਾਰ ਕੋ ਸਿਰ ਗੁਰੂਆਂ ਨੇ ਜੀਨੇ ਸਿੱਖਿਆ ਦਿੱਤੀਆਂ ਵਾ ਸਾਰੇ ਗੁਰੂਆਂ ਨੇ ਉਹ ਉਹਨਾਂ ਫਾਲੋ ਕਰੋ ਤੇ ਸਾਰ ਕੁਛ ਮੰਨੋ ਤੇ ਤੁਸੀਂ ਆਪਣੇ ਵੱਲੋਂ ਕੀ ਕਹਿਣਾ ਚਾਹੁੰਦੇ ਹੋ ਅਮ ਕੀ ਆਪਾਂ ਨੂੰ ਸਮਝਣਾ ਚਾਹੀਦਾ ਹੈ ਕਿ ਅਮ ਸਾਰਾ ਸਰਬੱਤਾ ਪਲਾ ਨਾਲੇ ਆਪਾਂ ਨੂੰ ਜਿਹੜੇ ਵੀ ਸਾਰੇ ਪ੍ਰੋਟੋਕਾਲ ਜਾਂ ਗੁਰਦੁਆਰੇ ਦੇ ਜੋ ਕੌਸ਼ੀ ਆਪਨ ਫਾਲੋ ਕਰਨੇ ਚਾਹੀਦੇ ਆ ਨਾਲੇ respect ਕਰਨੀ ਚਾਹੀਦੀ ਕਲਚਰ ਦੀ ਵੈਰੀ थैंक यू so much ਤੇ ਤੁਹਾਨੂੰ ਦੋਨਾਂ ਨੂੰ ਵੀ ਬਹੁਤ ਬਹੁਤ ਵਧਾਈਆਂ ਪ੍ਰਕਾਸ਼ ਪੂਰਬ ਦੀਆਂ ਇਦਾਂ ਹੀ ਪੜਦੇ ਰਹੋ ਬਹੁਤ ਸੋਹਣੀ ਜਿਹੜੀ ਹੈ ਸਿੱਖਿਆ ਤੁਹਾਨੂੰ ਮਿਲਦੀ ਹੈ ਬਹੁਤ ਸੋਹਣੀ ਹੈ ਜਿਹੜੀ ਪੰਜਾਬੀ ਬੋਲਦੇ ਹੋ थैंक यू so much ਸੋ ਇਹ ਤੇ ਹੋਰ ਵੀ ਬੱਚੇ ਆ ਉਹਨਾਂ ਨਾਲ ਵੀ ਆਪਾਂ ਇਸ ਸੰਬੰਧੀ ਗੱਲ ਕਰਦੇ ਹਾਂ ਸਭ ਤੋਂ ਪਹਿਲਾਂ ਤਾਂ ਅਸੀਂ ਤੁਹਾਨੂੰ ਪੁੱਛਣਾ ਚਾਹਾਂਗੇ ਅੱਜ ਪ੍ਰਕਾਸ਼ ਪੂਰਬ ਹੈ ਪ੍ਰਕਾਸ਼ ਪੂਰਬ ਦੇ ਰਿਗਾਰਡਿੰਗ ਤੁਹਾਨੂੰ ਪਤਾ ਹੈ ਪ੍ਰਕਾਸ਼ ਪੂਰਬ ਆਪਾਂ ਸਾਰੇ ਕਿਉਂ ਮਨਾਉਂਦੇ ਆਂ ਕੌਣ ਸੀ ਸ਼੍ਰੀ ਗੁਰੂ ਨਾਨਕ ਦੇਵ ਜੀ ਅ ਗੁਰੂ ਨਾਨਕ ਦੇਵ ਜੀ ਦੇ ਸੀਮਨਾਂ ਦੇ ਆ ਉਹਨਾਂ ਦਾ ਬਰਥ ਆ ਤੇ ਅੱਜ ਉਹਨਾਂ ਦਾ ਜਨਮ ਦਿਨ ਸੀ ਹਾਂਜੀ ਸੋ ਫੇਵਰ ਦੇ ਬੱਚਿਆਂ ਦੇ ਨਾਲ ਇੱਥੇ ਗੱਲਬਾਤ ਕੀਤੀ ਜਾ ਰਹੀ ਹੈ ਤੁਸੀਂ ਅੱਜ ਦੇ ਦਿਨ ਬਾਰੇ ਕੀ ਕਹਿਣਾ ਚਾਹੁੰਦੇ ਆ ਅ ਨਾਟ ਰੀਲੀ ਇਨ ਦਾ ਮੱਚ ਬਸ ਆ ਪਤਾ ਮਨ ਨੂੰ ਆ ਆਪਣੇ ਫਾਊਂਡਰ ਸਿੱਖੀਜ਼ਮ ਦੇ ਰਾਈਟ ਜਿਹੜੇ ਆਪ ਨੂੰ ਸਿੱਖੀ ਕ੍ਰੀਏਟ ਕੀਤੀ ਆਪ ਨੂੰ ਇਹਨੇ ਮੈਸੇਜ ਦਿੰਦੇ ਗੁਰੂ ਸਾਹਿਬ ਤੇ ਅੱਜ ਆਪਾਂ ਉਹਨਾਂ ਨੂੰ ਮਨਾ ਰਹੇ ਉਹਨਾਂ ਦੇ ਬਰਥ ਤੇ ਕਰਕੇ ਹਨਾ ਆ ਯਾ ਦੱਸ ਆਈ ਗੈਸ ਸਿੱਖਿਆਵਾਂ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਦੀਆਂ ਪਹਿਲੇ ਗੁਰੂ ਸੀ ਸਾਡੇ ਐਂਡ ਹੀ ਇਜ਼ ਅ ਫਾਊਂਡਰ ਆਫ ਸਿੱਖਿਜ਼ਮ ਐਂਡ ਵੀ ਆਰ सेलिब्रेटिंग ਹਿਸ ਪ੍ਰਕਾਸ਼ ਪੁਰਬ ਆਫ 552 ইয়ার্স ਕੀ ਤੁਸੀਂ ਮੈਸੇਜ ਦੇਣਾ ਚਾਹੋਗੇ ਪ੍ਰਕਾਸ਼ ਪੁਰਬ ਦੇ ਮੌਕੇ ਅਸੀਂ ਆ ਜਮ ਸ੍ਰੀ ਗੁਰੂ ਨਾਨਕ ਦੇਵ ਜੀ ਅਮ ਰਿਮੈਂਬਰ ਕਰਾਂਗੇ ਅਸੀਂ ਤੇ ਸਿੱਖ ਸਿੱਖ ਜਨ ਬਾਰੇ ਸਟਡੀ ਕਰਾਂਗੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਮੈਂ ਕਹਣਾ ਚਾਹੁੰਦਾ ਅੱਜ ਅਸੀਂ ਚਾਹੇ ਤਾਂ ਬਹੁਤ ਕਾਹ ਨੂੰ ਗੁਰੂ ਨਾਨਕ ਦੇਵ ਜੀ ਦਾ ਤਰੱਕੀ ਸਾਡਾ ਸਿੱਖISM ਦਾ ਫਾਊਂਡਰ ਸਾਡੇ ਵੀ ਬਹੁਤ ਕੀਤਾ ਮੈਂ ਕਹਣਾ ਚਾਹੁੰਦਾ ਸਵੇਤੇ ਹੋਰ ਵੀ ਬੱਚੇ ਆ ਉਹਨਾਂ ਨਾਲ ਵੀ ਆਪਾਂ ਇਸ ਸੰਬੰਧੀ ਗੱਲ ਕਰਦੇ ਹਾਂ ਸਭ ਤੋਂ ਪਹਿਲਾਂ ਤਾਂ ਅਸੀਂ ਤੁਹਾਨੂੰ ਪੁੱਛਣਾ ਚਾਹਾਂਗੇ ਅੱਜ ਪ੍ਰਕਾਸ਼ ਪੁਰਬ ਹੈ ਪ੍ਰਕਾਸ਼ ਪੁਰਬ ਦੇ ਰਿਗਾਰਡਿੰਗ ਤੁਹਾਨੂੰ ਪਤਾ ਹੈ ਪ੍ਰਕਾਸ਼ ਪੁਰਬ ਆਪਾਂ ਸਾਰੇ ਕਿਉਂ ਮਨਾਉਂਦੇ ਹਾਂ ਕੌਣ ਸੀ ਸ਼੍ਰੀ ਗੁਰੂ ਨਾਨਕ ਦੇਵ ਜੀ ਆ ਗੁਰੂ ਨਾਨਕ ਦੇਵ ਜੀ ਦੇ ਜਨਮ ਦਿਨ ਆ ਸੀ ਮਨਾਉਂਦੇ ਆ ਉਹਨਾਂ ਦਾ ਬਰਥ ਦਿ ਆ ਤੇ ਅੱਜ ਉਹਨਾਂ ਦਾ ਜਨਮ ਦਿਨ ਸੀ ਹਾਂਜੀ ਸੋ ਬਈ ਸੱਵੰਦੇ ਬੱਚਿਆਂ ਦੇ ਨਾਲ ਇੱਥੇ ਗੱਲਬਾਤ ਕੀਤੀ ਜਾ ਰਹੀ ਹੈ ਤੁਸੀਂ ਅੱਜ ਦੇ ਦਿਨ ਬਾਰੇ ਕੀ ਕਹਿਣਾ ਚਾਹੁੰਦੇ ਆ ਆ ਨਾਟ ਰੀਲੀ ਐਨੀ ਇਨ ਦਾ ਮੱਚ ਬਸ ਆਪਾਂ ਤਾਂ ਮਨਉਂਨੇ ਆ ਆਪਣੇ ਫਾਊਂਡਰ ਸਿੱਖੀਜ਼ਮ ਦੇ ਰਾਈਟ ਜਿਹੜੇ ਆਪ ਨੂੰ ਸਿੱਖੀ ਕ੍ਰੀਏਟ ਕੀਤੀ ਆਪਾਂ ਨੂੰ ਇਹਨੇ ਮੈਸੇਜ ਦਿੰਦੇ ਗੁਰੂ ਸਾਹਿਬ ਤੇ ਅੱਜ ਆਪਾਂ ਉਹਨਾਂ ਨੂੰ ਮਨਾ ਰਹੇ ਆ ਉਹਨਾਂ ਦੇ ਬਰਥ ਤੇ ਕਰਕੇ ਹਨਾ ਆ ਯਾ ਦੱਸ ਆਈ ਗੈਸ ਕੀ ਸਿੱਖਿਆਵਾਂ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਦੀਆਂ ਪਹਿਲੇ ਗੁਰੂ ਸੀ ਸਾਡੇ ਐਂਡ ਹੀ ਇਜ਼ ਅ ਫਾਊਂਡਰ ਆਫ ਸਿੱਖਿਜ਼ਮ ਐਂਡ ਵੀ ਆਰ सेलिब्रेटिंग ਹਿਸ ਪ੍ਰਕਾਸ਼ ਪੁਰਬ ਆਫ 552 ইয়ার্স ਕੀ ਤੁਸੀਂ ਮੈਸੇਜ ਦੇਣਾ ਚਾਹੋਗੇ ਪ੍ਰਕਾਸ਼ ਪੁਰਬ ਦੇ ਮੌਕੇ ਅਸੀਂ ਆਜ ਗੁਰੂ ਨਾਨਕ ਦੇਵ ਜੀ ਅਮ ਰਿਮੈਂਬਰ ਕਰਾਂਗੇ ਅਸੀਂ ਤੇ ਸਿੱਖ ਸਿੱਖਿਜ਼ਮ ਬਾਰੇ ਸਟੱਡੀ ਕਰਾਂਗੇ ਤੁਸੀਂ ਕੀ ਕਹਿਣਾ ਚਾਹੋਗੇ ਮੈਂ ਕਹਣਾ ਚਾਹੁੰਦਾ ਆ ਅੱਜ ਅਸੀਂ ਚਾਹੀਦਾ ਆ ਬੋਤ ਕਾ ਨੂੰ ਗੁਰੂ ਨਾਨਕ ਦੇਵ ਜੀ ਦਾ ਤਰ੍ਹਾਂ ਕੇ ਸਾਡਾ ਸਿੱਖੀਸਮ ਦਾ ਫਾਊਂਡਰ ਸਾਡੇ ਨੇ ਬਹੁਤ ਕੀਤਾ ਮੈਂ ਕਹਣਾ ਚਾਹੁੰਦਾ ਕਿਸਾਨ ਅੰਦੋਲਨ ਹੈ ਜਿਹੜਾ ਉਹ ਬਿਲ ਰੱਦ ਕਰ ਦਿੱਤੇ ਗਏ ਨੇ ਇਸ ਲਈ ਵੀ ਕਾਫੀ ਖਾਸ ਮੰਨਿਆ ਜਾ ਰਿਹਾ ਸੀ ਇਹ ਇੱਕ ਇਹ ਵੀ ਬਹੁਤ ਵੱਡੀ ਜਿਹੜੀ ਹੈ ਗੱਲ ਮੰਨੀ ਜਾ ਰਹੀ ਸੀ ਇਸ ਪ੍ਰਕਾਸ਼ਪੁਰਬ ਦੇ ਮੌਕੇ ਤੇ ਇੱਕ ਬਹੁਤ ਵੱਡਾ ਤੋਹਫਾ ਜਿਹੜਾ ਕਹਿ ਸਕਦੇ ਆ ਸਾਰੇ ਕਿਤੇ ਹੀ ਕਿਉਂਕਿ ਦੁਨੀਆ ਦੇ ਹਰ ਕੋਨੇ ਦੇ ਵਿੱਚ ਇਸ ਗੱਲ ਦਾ ਇਸ ਫੈਸਲੇ ਦਾ ਇੰਤਜ਼ਾਰ ਕੀਤਾ ਜਾ ਰਿਹਾ ਸੀਗਾ ਜਿਹੜਾ ਫੈਸਲਾ ਅੱਜ ਦੇ ਦਿਨ ਮਿਲਿਆ ਤੇ ਦੂਜੀ ਗੱਲ ਇਹ ਹੈ ਕਿ ਹੜਾਂ ਕਰਕੇ ਜੋ ਇਸ ਵੇਲੇ ਬੀਸੀ ਦੇ ਵਿੱਚ ਹਾਲਾਤ ਬਣੇ ਹੋਏ ਨੇ ਐਬਸਫਰਡ ਦੇ ਵਿੱਚ ਹੋਪ ਦੇ ਵਿੱਚ ਚਿਲਾ ਵੈਗ ਦੇ ਵਿੱਚ ਉਹਨਾਂ ਦੇ ਸਾਰਿਆਂ ਵਾਸਤੇ ਅਰਦਾਸ ਵੀ ਥਾਂ ਥਾਂ ਤੇ ਕੀਤੀ ਜਾ ਰਹੀ ਹੈ ਹਰ ਗੁਰੂ ਘਰ ਦੇ ਵਿੱਚ ਦਾ ਦੇਨੇ ਤੇ ਅਰਦਾਸ ਕੀਤੀ ਜਾ ਰਹੀ ਹੈ ਕਿ ਉਹਨਾਂ ਦੀ ਮਦਦ ਜਿਹੜੀ ਹੈ ਉਹ ਹੋ ਸਕੇ ਤੇ ਜਲਦੀ ਇਸ ਪਰੇਸ਼ਾਨੀ ਦੇ ਆਲਮ ਦੇ ਵਿੱਚੋਂ ਸਾਰੇ ਜਨੇ ਬਾਹਰ ਨਿਕਲ ਸਕਣ ਸੋ ਸਾਰਿਆਂ ਦੇ ਵਾਸਤੇ ਇਹੀ ਸੁਨੇਹਾ ਹੈ ਕਿ ਜਿਹੜੀਆਂ ਟੀਚਿੰਗ ਸਾਨੂੰ ਦਿੱਤੀਆਂ ਗਈਆਂ ਨੇ ਉਹਨਾਂ ਦੇ ਉੱਤੇ ਅਸੀਂ ਖਰੇ ਉੱਤਰੀਏ ਉਹਨਾਂ ਨੂੰ ਜਾਣੀਏ ਪਹਿਚਾਣੀਏ ਤੇ ਜਿਸ ਤਰੀਕੇ ਨਾਲ ਸਾਡੇ ਗੁਰੂਆਂ ਪੀਰਾਂ ਦੇ ਵੱਲੋਂ ਜੋ ਸੁਨੇਹਾ ਦਿੱਤਾ ਗਿਆ ਉਹਨਾਂ ਨੂੰ ਫੋਲੋ ਕਰੀਏ ਤੇ ਇੱਕ ਦੂਜੇ ਦੀ ਮਦਦ ਲਈ ਵੱਧ ਚੜਕੇ ਅਸੀਂ ਹਮੇਸ਼ਾ ਅੱਗੇ ਆਉਂਦੇ ਰਹੀਏ ਬੀਸੀ ਦੇ ਵਿੱਚ ਹੜਾਂ ਦੀ ਸਥਿਤੀ ਦੇ ਵਿੱਚ ਬਹੁਤ ਸਾਰੇ ਟਰੱਕ ਡਰਾਈਵਰ ਹੋਪ ਦੇ ਵਿੱਚ ਫਸੇ ਰਹੇ ਜਿਨ੍ਹਾਂ ਨੇ ਉੱਥੇ ਰਹਿੰਦੇ ਜੋ ਖੌਫਨਾਕ ਮੰਜ਼ਰ ਆਪਣੀ ਅੱਖੀ ਦੇਖਿਆ ਉਸ ਨੂੰ ਬਿਆਨ ਕੀਤਾ ਆਓ ਸੁਣਦੇ ਹਾਂ ਕੀ ਕੁਝ ਕਹਿਣਾ ਉਹਨਾਂ ਦਾ BC ਦੇ ਵਿੱਚ ਹੜਾਂ ਵਾਲੀ ਜਦੋਂ ਸਥਿਤੀ ਪੈਦਾ ਹੋਈ ਤਾਂ ਬਹੁਤ ਸਾਰੇ ਅਜਿਹੇ ਲੋਕ ਸੀਗੇ ਜਿਹੜੇ ਜਿੱਥੇ ਕਈ ਥਾਵਾਂ ਤੋਂ ਰੂਟ ਜਿਨ੍ਹਾਂ ਦੇ ਡਾਇਵਰਟ ਹੋ ਗਏ ਸਟਕ ਹੋ ਗਏ ਕਈ ਥਾਵਾਂ ਦੇ ਉੱਤੇ ਹੋਪ ਦੇ ਵਿੱਚ ਅਸੀਂ ਦੇਖਿਆ ਕਿ ਲਕਤਾਰ ਲੱਗੀ ਹੋਈ ਸੀ ਲੰਬੀ ਸਾਰੀ ਜਿਹਦੇ ਵਿੱਚ ਬਹੁਤ ਸਾਰੇ ਜਿਹੜੇ ਟਰੱਕ ਡਰਾਈਵਰ ਨੇ ਉਹ ਟਾਸ ਟੋਮਸ ਨਹੀਂ ਹੋ ਪਾਰੇ ਸੀ ਉੱਥੇ ਹੀ ਰੁਕੇ ਹੋਏ ਸੀ ਬਹੁਤ ਸਾਰੇ ਪੀੜਤਾਂ ਦੇ ਨਾਲ ਸਾਡੀ ਗੱਲਬਾਤ ਹੋਈ ਕੁਝ ਪੀੜਤ ਸਾਡੇ ਨਾਲ ਚੈਨਲ ਪੰਜਾਬੀ ਤੱਕ ਵੀ ਪਹੁੰਚੇ ਨੇ ਜਿਨ੍ਹਾਂ ਦੇ ਨਾਲ ਅਸੀਂ ਗੱਲ ਕਰਾਂਗੇ ਕਿ ਕੀ ਕੁਝ ਉਸ ਦੌਰਾਨ ਉਹਨਾਂ ਨੇ ਦੇਖਿਆ ਕੀ ਕੁਝ ਉਹਨਾਂ ਦੇ ਨਾਲ ਵਾਪਰਿਆ ਜੀ ਤੁਸੀਂ ਹੋਪ ਦੇ ਵਿੱਚ ਜਿਹੜੇ ਫਸੇ ਡਰਾਈਵਰ ਸੀ ਉਹਨਾਂ ਦੇ ਵਿੱਚ ਹੀ ਤੁਸੀਂ ਵੀ ਸ਼ਾਮਿਲ ਹੋ ਕੀ ਕੁਝ ਉਸ ਦੌਰਾਨ ਹੋਇਆ ਕਿੱਥੋਂ ਤੁਸੀਂ ਆ ਰਹੇ ਸੀ ਜਦੋਂ ਸਟਕ ਹੋਏ ਤਾਂ ਓਵਰঅল ਉੱਥੋਂ ਦੀ ਜਿਹੜੀ ਸਿਚੁਏਸ਼ਨ ਹੈ ਉਹ ਕਿਵੇਂ ਦੀ ਬਣੀ ਹੋਈ ਸੀ ਉਸ ਦੌਰਾਨ ਕੀ ਹਾਲਾਤ ਸੀ ਆਪਣੇ ਅਸੀਂ ਐਹੀ ਐਡਮੰਟਨ ਤੋਂ ਚੱਲੇ ਸੀਗੇ ਐਡਮੰਟਨ ਤੋਂ ਚੱਲ ਕੇ ਅਸੀਂ ਇੱਥੇ ਸਾਰੀ ਲੋਡ ਲਾਉਣਾ ਸੀਗਾ ਤੇ ਪਿੱਛੋਂ ਬੜਾ ਸੋਹਣਾ ਆ ਰਿਹਾ ਸੀ ਸਾਰਾ ਤੇ ਮੋਰੇ ਮੀਂਹ ਕਾਫੀ ਪੈ ਰਿਆ ਸੀਗਾ ਜਦੋਂ ਇਧਰ ਆਪਣੇ ਅਸੀਂ ਮੇਰਠ ਆਏ ਆ ਮੇਰਠ ਤੋਂ ਸਾਨੂੰ ਉਹਦਾ ਪਤਾ ਲੱਗਣ ਲੱਪਿਆ ਸੀ ਵੀ ਮੋਰੇ ਮੀਂਹ ਜਿਆਦਾ ਆ ਵੀ ਉਹਨਾਂ ਨੇ ਥੋੜਾ ਦਾਸਤਾ ਆ ਗਿਆ ਪਰ ਅਸੀਂ ਜਿੱਥੇ ਪਹੁੰਚੇ ਆ ਜਿੱਥੋਂ ਰੋਡ ਡਿਗਿਆ ਥੱਲੇ ਧਸਿਆ ਆ ਉੱਥੇ ਤੱਕ ਪਹੁੰਚੇ ਆਂ ਬਈ ਉੱਥੇ ਬਹੁਤ ਮੰਦਾ ਹਾਲ ਸੀ ਉਸ ਤੋਂ ਬਾਅਦ ਚਣੀ ਆ ਹਾਈਵੇ 3 ਲੈ ਕੇ ਪਹਿਲੋ 5 ਲਿਆ ਫਿਰ 3 ਲੈ ਕੇ ਅਸੀਂ ਹੋਪ ਤੱਕ ਪਹੁੰਚੇ ਆਂ ਜੀ ਤੇ ਰਾਹੇ ਦੇ ਵਿੱਚ ਬਹੁਤ ਜਗ੍ਹਾ ਮਡ ਸਲਾਈਡਿੰਗ ਹੋਣ ਲੱਗ ਪਈ ਜਦ ਅ ਜਦ ਅਸੀਂ ਨਕਲੀ ਆਉਂਦੇ ਹੀ ਉਦੋਂ-ਉਦਾਂ ਮਡ ਸਲਾਈਡਿੰਗ ਹੋਈ ਜਾਂਦੀ ਸੀਗੀ ਤੇ ਇੱਕੋ ਜਿਹੀ ਜਗਾ ਅਸੀਂ ਹੋਪ ਇਦਾਂ ਫਸ ਗਏ ਮੋਰੇ ਮਡ ਸਲਾਈਡਿੰਗ ਹੋਈ ਗੱਬੇ ਟਰੱਕ ਫਸ ਗਏ ਪਿੱਛੇ ਮਡ ਸਲਾਈਡਿੰਗ ਹੋਈ ਉਹ ਟਰੱਕ ਫਸੇ ਰਹੇ ਉਦੋਂ ਦੇ ਤੇ ਅਸੀਂ ਉੱਥੇ ਫਿਰ ਹੋਪ ਸਾਨੂੰ ਕੱਢਣਾ ਪਿਆ ਤੇ ਹੋਵ ਰਹੇ ਆ ਅਸੀਂ ਸਾਨੂੰ ਫਿਰ ਉੱਥੇ ਜਿੰਨਾ ਸਾਡਾ ਇੱਕ ਦਿਨ ਤਾਂ ਫੂਡ ਦਾ ਚੱ ਰਕਾਂ ਦੇ ਵਿੱਚ ਫੈਮਲੀਆਂ ਨੂੰ ਪਾਇਆ ਤੇ ਅਸੀਂ ਸਾਰੇ ਇਕੱਠੇ ਜਦਾਂ ਹੋਏ ਆ ਤੇ ਜਦੋਂ ਬਹੁਤ ਜਾਣੀ ਜਦੋਂ ਸਾਨੂੰ ਪਤਾ ਲੱਗਣ ਲੱਗ ਪਿਆ ਵੀ ਹੋਪ ਦੇ ਵਿੱਚ ਵੀ ਸਟੋਰਾਂ ਤੇ ਵੀ ਹੈ ਨਹੀਂ ਕੁਝ ਤੇ ਫਿਰ ਅਸੀਂ ਰਪਿੰਦਰ ਭੈਣ ਜੀ ਉਹਨਾਂ ਨਾਲ ਮੈਂ ਕੰਟੈਕਟ ਕੀਤਾ ਤੇ ਇਹਨਾਂ ਨੇ ਕੰਟੈਕਟ ਕਰਨਾ ਇਹਨਾਂ ਨੇ ਇਥੋਂ ਸਾਨੂੰ ਵੀ ਇੱਥੇ ਸਾਰਾ ਇਹਨਾਂ ਨੇ ਕੀਤਾ ਤੇ ਸਾਡੇ ਤੱਕ ਫੂਡ ਪਹੁੰਚਦਾ ਕੀਤਾ ਤੇ ਬਹੁਤ ਜ਼ਿਆਦਾ ਮਾੜੇ ਹਾਲਾਤ ਆ ਜੀ ਉੱਥੇ ਵੀ ਜਿਹੜਾ ਜਿਨ੍ਹਾਂ ਨੇ ਅੱਖੀਂ ਦੇਖਿਆ ਉਹਨਾਂ ਨੂੰ ਪਤਾ ਵੀ ਉੱਥੇ ਕੀ ਆ ਤੇ ਬਈ ਬਹੁਤ ਜ਼ਿਆਦਾ ਮੀਂਹ ਪੈ ਰਿਹਾ ਤਾਂ ਬਹੁਤ ਹਾਲਾਤ ਖਰਾਬ ਆ ਜੀ ਥੋੜਾ ਜਾ ਤੁਸੀਂ ਇੱਧਰ ਨੂੰ ਆ ਜਾਓ ਔਰ ਮੈਨੂੰ ਇਸ ਗੱਲ ਨੂੰ ਮੈਂ ਬਹੁਤ ਸਾਰੀਆਂ ਹੋਰ ਵੀ ਤੁਹਾਡੇ ਨਾਲ ਗੱਲਾਂ ਜਿਹੜੀਆਂ ਆਪਾਂ ਸਾਂਝੀਆਂ ਕਰਨੀਆਂ ਨੇ ਜਦੋਂ ਉਸ ਵੇਲੇ ਹੋਇਆ ਤੁਸੀਂ ਅੱਖੀ ਦੇਖਣ ਵਾਲਿਆਂ ਦੀ ਗੱਲ ਕਰ ਰਿਹਾ ਔਖੀ ਦੇਖਣ ਵਾਲਿਆਂ ਦੇ ਵਿੱਚ ਤੁਸੀਂ ਵੀ ਉੱਥੇ ਸ਼ਾਮਿਲ ਸੀ ਕਿੰਨੇ ਕੁ ਲੋਕ ਉੱਥੇ ਸੀਗੇ ਕਿੰਨੇ ਟਰੱਕ ਡਰਾਈਵਰ ਸੀਗੇ ਜਿਹੜੇ ਸਟਕ ਹੋਏ ਪਏ ਸੀਗੇ ਤੇ ਤੁਹਾਡੀ ਮਦਦ ਲਈ ਸਪੈਸ਼ਲੀ ਤੁਸੀਂ ਆਪਣੇ ਤੌਰ ਦੇ ਉੱਤੇ ਰੁਪਿੰਦਰ ਕੌਰ ਹੋਣਾ ਦੇ ਨਾਲ ਤੁਸੀਂ ਰابطਾ ਕਾਇਮ ਕੀਤਾ ਹੋਰ ਲੋਕਾਂ ਤੱਕ ਤੁਸੀਂ ਜਿਹੜੀ ਆਪਣੀ ਆਵਾਜ਼ ਪਹੁੰਚਾਈ ਇਸ ਤੋਂ ਇਲਾਵਾ ਕਿ ਜਿਹੜੇ ਉੱਥੇ ਮੌਜੂਦਾ ਸਥਿਤੀ ਦੇ ਵਿੱਚ ਲੋਕ ਸੀਗੇ ਉਹਨਾਂ ਚੋਂ ਕਿਹਦੀ ਕਿਹਦੇ ਵੱਲੋਂ ਤੁਹਾਨੂੰ ਮਦਦ ਜਿਹ ਨਉ ਤੋਂ ਮਦਦ ਆਹੀ ਸੀ ਆਪਾਂ ਆ ਆਪ ਸੂਚੀ ਰਾਲ ਕੇ ਡਰਾਈਵਰ ਭਰਾ ਆ ਜਿੰਨੇ ਸੀਗੇ ਸਾਰੇ ਜਿੰਨੇ ਆਪਣੇ ਫੈਮਲੀਆ ਵਾਲੇ ਸੀਗੇ ਸਾਰੇ ਆਪ ਸੂਚੀ ਰਾਲ ਕੇ ਕੀਤਾ ਜਦੋਂ ਸਾਡੇ ਕੋਈ ਇੱਕ ਇੱਕ ਦੋ ਦਿਨਾਂ ਦਾ ਫੂਡ ਸੀਗਾ ਉਹ ਰਾਤ ਕਈਆਂ ਬੰਦਿਆਂ ਕੋਈ ਕਾਰਾਂ ਵਾਲੇ ਕੋਈ ਫੂਡ ਨਹੀਂ ਸੀਗਾ ਉਹਨਾਂ ਨੂੰ ਫੂਡ ਖੁਲਾਇਆ ਉੱਥੇ ਉਹਨਾਂ ਨੂੰ ਟਰੱਕਾਂ ਦੇ ਵਿੱਚ ਪਾਇਆ ਤੇ ਘਟੋ ਘਟ ਨਹੀਂ 4-5000 ਬੰਦਾ ਹੋਪ ਦੇ ਵਿੱਚ ਉਸ ਟਾਈਮ ਸੀਗਾ ਜਿਹੜਾ ਬਾਹਰੋਂ ਟੂਰਿਸਟ ਜਦਾਂ ਟੂਰਿਸਟ ਹੀ ਕਹ ਲੋ ਜਿਹੜੇ ਘੁੰਮਣ ਫਿਰਨ ਗਏ ਸੀਗੇ ਵਿੱਚ ਸਕੂਲ ਦੇਆਂ ਫੁੱਟਬਾਲ ਟੀਮਾਂ ਵਾਲਿਆਂ ਦੀ ਬੱਸ ਵੀ ਸੀਗੀ ਉਹ ਫਿਰ ਸਾਰਾ ਜਦਾਂ ਉੱਥੇ ਗੈਸ ਸਟੇਸ਼ਨਾਂ ਤੇ ਜਿੱਥੇ-ਜਿੱਥੇ ਜਗ੍ਹਾ ਮਿਲੀ ਆ ਉੱਥੇ ਉਹਨਾਂ ਨੂੰ ਬਿਠਾ ਕੇ ਤਾਂ ਸਾਰਾ ਰਲ ਮਿਲ ਕੇ ਆਪਸ ਵਿੱਚ ਹੀ ਕੀਤਾ ਉਦੋਂ ਬਾਅਦ ਚਾਣੀ ਫਿਰ ਜਿਹੜਾ ਭੈਣ ਜੀ ਹਣੀ ਉਦੋਂ ਫੂਡ ਭੇਜਿਆ ਆਪਣੇ ਲਾਲੀ ਫਾਰਮ ਵਾਲੇ ਚੋਪਰ ਨਾਲ ਉੱਥੇ ਡ੍ਰੌਪ ਕੀਤਾ ਉਹਨਾਂ ਨੇ ਤਿੰਨ ਗੇੜੇ ਲਾਏ ਉਦੋਂ ਤੇ ਫਿਰ ਸਾਨੂੰ ਹੋ ਗਿਆ ਵੀ ਸਾਡੇ ਕੋਲ ਹੁਣ ਫੂਡ ਪਹੁੰਚ ਗਿਆ ਸਾਨੂੰ ਹੁਣ ਕੋਈ ਪ੍ਰੋਬਲਮ ਨਹੀਂ ਹਾਂਜੀ ਤੇ ਤੁਸੀਂ ਵੀ ਉੱਥੇ ਮੌਜੂਦ ਸੀਗੇ ਜਦੋਂ ਉੱਥੇ ਬਹੁਤ ਸਾਰੇ ਟਰੱਕ ਡਰਾਈਵਰ ਸੀਗੇ ਕੀ ਤੁਸੀਂ ਇੱਕ ਦੂਜੇ ਨੂੰ ਜਾਣਦੇ ਸੀ ਜਦੋਂ ਮਦਦ ਸਾਰੇ ਇੱਕ ਦੂਜੇ ਦੀ ਕਰ ਰਹੇ ਸੀ ਪਹਿਲਾਂ ਤੋਂ ਜਾਣਦੇ ਸੀਗੇ ਜਾਂ ਫਿਰ ਉਸ ਦੌਰਾਨ ਹੀ ਮਦਦ ਦੌਰਾਨ ਇੱਕ ਦੂਜੇ ਨੂੰ ਮੈਂ ਪਹਿਲੀ ਰਾਤ ਹੀ ਅਸੀਂ ਇਕੱਠੇ ਹੋਏ ਹਾਂ ਜੀ ਉਦੋਂ ਤੇ ਇਹ ਵੀ ਅੱਗੇ ਆ ਗਏ ਤੇ ਮਦਦ ਕਰਨ ਲਈ ਵੀ ਜਿਵੇਂ ਹੁਣ ਬਾਕੀ ਦੇ ਟਰੱਕਾਂ ਦੇ ਸਾਰੇ ਬੈਠੇ ਸੀਗੇ ਇਹਨਾਂ ਨੇ ਆ ਰਪਿੰਦਰ ਪੈਂਜੀ ਨੂੰ ਕਾਲ ਕੀਤੀ ਇਹਨਾਂ ਨੇ ਸਾਰੇ ਸਰਕੂਲੇਟ ਕੀਤਾ ਇੱਥੇ ਤੇ ਆਪਣੇ ਗगनवीर ਜੀ ਹੋਣੀ ਆ ਜਿਨ੍ਹਾਂ ਨੇ ਫੂਡ ਕਲੈਕ ਕੀਤਾ ਤੇ ਬਾਕੀ ਸਾਰਿਆਂ ਦਾ ਧੰਨਵਾਦ ਕਰਦੇ ਆਂ ਜਿਨ੍ਹਾਂ ਨੇ ਸਾਰੀ ਰਾਤ ਬੈਠ ਕੇ ਫੂਨ ਫੂਡ ਪੈਕ ਕੀਤਾ ਹਨ ਤੇ ਉੱਥੇ ਆਏ ਆ ਵੀ ਉੱਤੇ 200 ਟਰੱਕ ਸਾਡੇ ਸਟਾਪ ਤੇ ਖੜਾ ਸੀਗਾ ਤੇ अराउंड 200 ਟਰੱਕ ਸੀਗਾ ਫਲੈਂਕ ਜੇ ਤੇ ਉਹ ਸਾਨੂੰ ਉੱਤੇ ਉਹਨਾਂ ਨੇ ਬਾਥਰੂਮ ਯੂਜ਼ ਕਰਨ ਨੂੰ ਦਿੱਤੇ ਤੇ ਕਿਉਂਕਿ ਅਸੀਂ ਟਿਕਾਣੇ ਤੇ ਬੈਠੇ ਸੀ ਉਹਨਾਂ ਦਾ ਉਦੋਂ ਜ਼ਿਆਦਾ ਬੁਰਾ ਹਾਲ ਸੀ ਜਿਹੜੇ ਰੋਡਾਂ ਦੇ ਉੱਪਰ ਬੈਠੇ ਸੀਗੇ ਜਦੋਂ ਇਹਨਾਂ ਨੇ ਭੈਣ ਜੀ ਉਹਨਾਂ ਨੇ ਹੈਲਪ ਕੀਤੀ ਇਤੋਂ ਫੂਡ ਇਕੱਠਾ ਹੋਇਆ ਸਾਡੇ ਕੋਲੇ ਪਹੁੰਚਿਆ ਫਿਰ ਅਸੀਂ ਉੱਥੇ ਪੈਕਅਪ ਟਰੱਕ ਤੇ ਜਾਨੀ ਜਿੱਥੇ ਵੀ ਖੜੇ ਸੀਗੇ ਨੇੜੇ ਤੇੜੇ ਦੂਰ ਪੁੱਲ ਆਊਟਾਂ ਦੇ ਵਿੱਚ ਟਰੱਕਰ ਕਾਰਾਂ ਵਾਲੇ ਸਾਰਿਆਂ ਨੂੰ ਫੂਡ ਪਹੁੰਚਦਾ ਕੀਤਾ ਕੱਲਾ ਕੱਲਿਆਂ ਨੂੰ ਸਾਰਾ ਦਿਨ ਇਦਾਂ ਤੇ ਤਿੰਨ ਸਾਡੇ ਕੋਲੇ ਚੌਪਰ ਆਏ ਸੀਗੇ ਫੂਡ ਦੇ ਤੇ ਇੱਕ ਗਿਆ ਸੀਗਾ ਬਾਈ ਪੈਸੈਂਜਰ ਪਲੇਨ ਤੇ ਉਹ ਸਾਰੀ ਇਹਨਾਂ ਦੀ ਮਿਹਨਤ ਸੀ ਕਿਉਂਕਿ ਜੇ ਇੱਥੇ ਨਾ ਪਤਾ ਲੱਗਦਾ ਤਾਂ ਸਾਨੂੰ ਉੱਤੇ ਕਿਹਨੇ ਫੂਡ ਪਚਾਉਣਾ ਸੀਗਾ ਹਨ ਤੇ ਉਦੋਂ ਹੀ ਅਸੀਂ ਬਣਿਆ ਤੇ ਇੰਨੇ ক্লোਜ਼ ਹੋ ਗਏ ਜਿਵੇਂ ਬ੍ਰਦਰ ਵਾਲਾ ਕੰਮ ਹੋ ਗਿਆ ਸਵੇਰ ਤੋਂ ਇਕੱਠੇ ਆ ਜੀ ਤੇ ਹੁਣ ਫਲਾਈਟ ਲੈ ਕੇ ਹੁਣ ਬੱਚਿਆਂ ਚ ਜਾਵਾਂਗੇ ਮੇਰੇ ਵੀ ਸਵੇਰੇ ਹੈ ਨਾ ਕੱਲ ਨੂੰ ਤੇ ਜਣੀ ਇਹ ਚਾਰ ਪੰਜ ਦਿਨ ਇਦਾਂ ਦੇ ਸੀਗੇ ਕਦੇ ਭੁੱਲਣ ਵਾਲੇ ਨਹੀਂ ਹੈਗੇ ਜੀ ਕਿਉਂਕਿ ਉੱਥੇ ਜਿੱਥੇ ਖੜੇ ਸੀਗੇ ਉੱਥੇ ਹਿੱਲਾਂ ਤੋਂ ਇੰਨਾ ਪਾਣੀ ਆ ਰਿਹਾ ਸੀ ਥੱਲੇ ਜਦੋਂ ਪਹਿਲੇ ਦਿਨ ਖੜੇ ਸੀ ਇਹ ਮਸਾਂ ਹੀ ਮੈਨੂੰ ਲੱਗਦਾ 4-5 ਇੰਚ ਪਾਣੀ ਹੋਣਾ ਤੇ ਉਹ ਤੀਜੇ ਦਿਨ ਸਵੇਰ ਨੂੰ ਉੱਥੇ ਡੰਪ ਟਰੱਕ ਵੀ ਡੁੱਬ ਗਏ ਸੀਗੇ ਤੇ ਜੇ ਮੀਂਹ ਇੱਕ ਦਿਨ ਹੋਰ ਨਾ ਹਟਦਾ ਵੀ ਉੱਥੇ ਵੀ ਪਾਣੀ ਆ ਸਕਦਾ ਜਿੱਥੇ ਅਸੀਂ ਖੜੇ ਸੀਗੇ ਜੀ ਤੇ ਹਾਂਜੀ ਤੇ ਉਹ ਇਦਾਂ ਵੀ ਸਾਰੇ ਟਰੱਕਰ ਭਰਾਵਾਂ ਨੇ ਮਿਲ ਕੇ ਸਾਰਾ ਟਾਈਮ ਕੱਢਿਆ ਜੀ ਉੱਥੇ 네, जी ਜਿੰਨੇ ਵੀ ਟਰੱਕ ਡਰਾਈਵਰ ਜਿਹੜੇ ਸੀਗੇ ਇੱਕ ਦੂਜੇ ਨਾਲ ਗੱਲਬਾਤ ਸਾਰੇ ਕਰ ਹੀ ਰਹੇ ਸੀਗੇ ਤੁਹਾਨੂੰ ਲੱਗਦਾ ਸੀ ਕੋਈ ਨਾ ਕੋਈ ਅੰਦਾਜ਼ਾ ਦਿਮਾਗ ਦੇ ਵਿੱਚ ਇਦਾਂ ਦਾ ਚੱਲ ਰਿਹਾ ਸੀ ਕਿ ਇੰਨੇ ਸਮੇਂ ਤੱਕ ਸਾਡੇ ਤੱਕ ਮਦਦ ਜਿਹੜੀ ਹੈ ਉਹ ਪਹੁੰਚ ਜਾਏਗੀ ਜਾਂ ਫਿਰ ਕੁਝ ਆਪਣੇ ਤੌਰ ਦੇ ਉੱਤੇ ਵੀ ਤੁਸੀਂ ਸਲਾਹ مشورہ ਸਾਰੇ ਜਣੇ ਮਿਲ ਕੇ ਕਰ ਰਹੇ ਸੀ ਵੀ ਜੇ ਸਥਿਤੀ ਹੁਣ ਆ ਗਈ ਹੈ ਤਾਂ ਅਸੀਂ ਆਪਣੇ ਤੌਰ ਤੇ ਕੀ ਕਰ ਰਹੇ ਹਾਂ ਕਈਆਂ ਨੇ ਉੱਥੇ ਟਰੱਕ ਛੱਡ ਦਿੱਤੇ ਟਰੱਕ ਖੜੇ ਰਹੇ ਕਈ ਕਿਸੇ ਤਰੀਕੇ ਨਾਲ ਨਿਕਲ ਪਾਏ ਉਥੋਂ ਸੋ ਇਦਾਂ ਦੀਆਂ ਕੁਝ ਕੋਸ਼ਿਸ਼ਾਂ ਚੱਲ ਰਹੀਆਂ ਸੀ ਹੁਣ ਕੀ ਜਾਣਕਾਰੀ ਤੁਹਾਨੂੰ ਉੱਥੋਂ ਮਿਲ ਰਹੀ ਹੈ ਇੱਕ ਦੂਜੇ ਨਾਲ ਰਾfte ਵਿੱਚ ਹੈਗੇ ਹੋ ਸਾਰੇ ਉ ਨੇ ਰੋਡ ਖੋਲਿਆ ਪਹਿਲਾਂ ਉੱਥੋਂ ਕਾਰਾਂ ਗੱਡੀਆਂ ਉਹਨਾਂ ਨੇ ਇੱਕ ਆਪਣੇ ਘਟੋ ਘਟ ਨਹੀਂ ਪੂਰੀ ਰਾਤ ਉਦੋਂ ਰੋਡ ਜਲਿਆ ਆ ਉਹਨਾਂ ਨੇ ਕਾਰਾਂ ਗੱਡੀਆਂ ਉੰਨੀ ਦੇ ਟਰੱਕ ਨਹੀਂ ਕੋਈ ਨਿਕਲਣ ਦਿੱਤਾ ਫਿਰ ਉਹਨਾਂ ਨੂੰ ਜਦੋਂ ਹੋ ਗਿਆ ਕਿ ਹਾਂ ਹੁਣ ਰੋਡ ਆਪਣਾ ਇੰਨਾ ਗੇਟ ਚੱਲਦਾ ਆ ਉਸ ਬੇਟ ਦੇ ਹਿਸਾਬ ਨਾਲ ਉਹਨਾਂ ਨੇ ਪਹਿਲਾਂ ਥੋੜੇ ਟਰੱਕ ਖਾਲੀ ਕੱਢੇ ਆ ਫਿਰ ਉਹ ਦੂ ਥੋੜੇ ਲੋਡਡ ਕੱਢੇ ਆ ਹੁਣ ਸਾਰੇ ਟਰੱਕ ਉਥੋਂ ਆ ਗਏ ਆ ਉੱਥੇ ਕੋਈ ਨਹੀਂ ਆਪਣਾ ਬੇਜਦ ਹੁਣ ਟਰੱਕ ਉਹ ਖੜੇ ਆ ਜਿਹੜੇ ਆਪਣੇ ਫਲੇਟ ਲੈ ਕੇ ਉਥੋਂ ਹੈਲੀਕਾਪਟਰ ਆਈ ਜਿਨ੍ਹਾਂ ਨੂੰ ਜਿਆਦਾ ਐਮਰਜੈਂਸੀ ਸੀਗੀ ਜਦੋਂ ਹੁਣ ਇੱਕ ਅਸੀਂ ਪਲੇਨ ਉਥੋਂ ਕੀਤਾ ਹੈਗਾ ਬੱਕ 12 ਜਣਿਆਂ ਲਈ ਉਹਨਾਂ ਨੂੰ ਐਮਰਜੈਂਸੀ ਸੀਗੀ ਉਹਦੇ ਵਿੱਚ ਬੱਚਿਆਂ ਨੂੰ ਅਸੀਂ ਤੋਰਦਾ ਵੀ ਬੱਚਿਆਂ ਦਾ ਬਹੁਤ ਹਾਰਡ ਸੀਗਾ ਉੱਥੇ ਤੇ ਸਾਰਾ ਆਪਸ ਵਿੱਚ ਹੀ ਰابطਾ ਕਾਇਮ ਕੀਤਾ ਸੀ ਪਰ ਉਥੋਂ ਟਰੱਕਰ ਸਾਰੇ ਆ ਗਏ ਆ ਹੁਣ ਕੁਝ ਟਰੱਕ ਖੜੇ ਆ ਉੱਥੇ ਉਹ ਜਦੋਂ ਇਧਰੋਂ ਹੁਣ ਜਾਣਗੇ ਫਿਰ ਲੈ ਕੇ ਆਉਣਗੇ ਜੀ ਹਾਂਜੀ ਕਦੇ ਭੁੱਲ ਪਾਉਂਗੇ ਇਸ ਸਮੇ ਨੂੰ ਇਦਾਂ ਦੀ ਕਦੀ ਤਰਾਸਦੀ ਦਾ ਕਦੀ ਪਹਿਲਾਂ ਸੋਚਿਆ ਸੀ ਵੀ ਹੋ ਸਕਦਾ ਨਹੀਂ ਭੁੱਲ ਪਾਉਦੇ ਇਹਦਾ ਇੱਧਰ ਪੁੱਛੋ ਜੀ ਹੁਣ ਨਹੀਂ ਜੀ ਇਹ ਭੁੱਲਿਆ ਨਹੀਂ ਜਾਣਾ ਪਰ ਇਹ ਟਾਈਮ ਨੇ ਕੁਝ ਗੱਲਾਂ ਚੰਗੀਆਂ ਵੀ ਕੀਤੀਆਂ ਕਿਉਂਕਿ ਕੋਈ ਵੀ ਟਾਈਮ ਆਉਂਦਾ ਇਦਾਂ ਦਾ ਕੁਝ ਚੰਗੀਆਂ ਗੱਲਾਂ ਵੀ ਹੁੰਦੀਆਂ ਮਾੜੀਆਂ ਵੀ ਹੁੰਦੀਆਂ ਜਿਵੇਂ ਹੁਣ ਇਹਦੇ ਮੇਰੇ ਫਰੈਂਡ ਬਣਿਆ ਹੋਰ ਬਹੁਤ ਫਰੈਂਡ ਬਣੇ ਆ ਉੱਤੇ ਬਾਕੀ ਇੱਕ ਦੂਜੇ ਨੂੰ ਪਤਾ ਲੱਗਦਾ ਜਿਵੇਂ ਹੁਣ ਕਿਸਾਨ ਮੋਰਚਾ ਹੀ ਸੇਮ ਵੀ ਇੱਕ ਦੂਜੇ ਨੂੰ ਮਦਦ ਕਰਨ ਦਾ ਕੋਈ ਕੋਈ ਮਾੜੇ ਬੰਦਿਆ ਚੰਗੇ ਬਣ ਜਾਂਦੇ ਆ ਨਾ ਤੇ ਉਹਦੇ ਨਾਲ ਬਹੁਤ ਫਰਕ ਪਿਆ ਜੀ ਉੱਤੇ ਗੜ ਕੇ ਹਾਂਜੀ ਰੁਪਿੰਦਰ ਜੀ ਇਹਨਾਂ ਦੀ ਮਦਦ ਦੇ ਵਿੱਚ ਤੁਹਾਡਾ ਜਿਹੜਾ ਬਹੁਤ ਜ਼ਿਆਦਾ ਰੋਲ ਸਮਝਿਆ ਜਾ ਰਿਹਾ ਐਜ਼ ਆ ਵੋਲੰਟੀਅਰ ਸਾਡੀ ਸਭ ਦੀ ਜਿਹੜੀ ਜ਼ਿੰਮੇਵਾਰੀ ਬਣਦੀ ਐ ਇਦਾਂ ਦੇ ਮੌਕੇ ਦੇ ਉੱਤੇ ਖਾਸ ਤੌਰ ਦੇ ਉੱਤੇ ਕਿ ਕਿਸੇ ਦੀ ਮਦਦ ਲਈ ਆਪਣਾ ਸਮਾਂ ਜਿਹੜਾ ਆਪਣੇ ਕੰਮਕਾਰ ਛੱਡ ਕੇ ਉਹ ਕਿਵੇਂ ਕੱਢਣਾ ਹੈ ਤੇ ਜੇ ਅਸੀਂ ਉੱਥੇ ਨਹੀਂ ਪਹੁੰਚ ਸਕਦੇ ਤਾਂ ਇੱਥੋਂ ਬੈਠੇ ਅਸੀਂ ਕੀ ਕਰ ਸਕਦੇ ਆ ਉਹ ਕੋਸ਼ਿਸ਼ ਜਿਵੇਂ ਸਾਰਿਆਂ ਨੇ ਕੀਤੀ ਜਿਦੇ ਵਿੱਚ ਤੁਹਾਡਾ ਵੀ ਬਹੁਤ ਵਧੀਆ ਰੋਲ ਤੇ ਵੱਡਾ ਰੋਲ ਹੈ ਜਿਵੇਂ ਕਿ ਇਹ ਦੱਸ ਰਹੇ ਨੇ ਤੁਸੀਂ ਆਪਣੇ ਤੌਰ ਦੇ ਉੱਤੇ ਜਦੋਂ ਤੁਹਾਨੂੰ ਇਹਨਾਂ ਬਾਰੇ ਪਤਾ ਲੱਗਿਆ ਤਾਂ ਕੀ ਕੁਝ ਕੀਤਾ ਕਿਵੇਂ ਹੈਲਪ ਕੀਤੀ ਥੋੜਾ ਜਿਹਾ ਇੱਧਰ ਨੂੰ ਆ ਜਾਓ ਪਲੀ ਸ਼ੁਕਰਾਨਾ ਕਰੂੰਗੀ ਤੇ ਉਸ ਪਰਮਾਤਮਾ ਦਾ ਜਿਨ੍ਹਾਂ ਨੇ ਇਹ ਯੂ نو ਸਾਰਿਆਂ ਨੂੰ ਸੇਫ ਆਪਣੇ ਆਪਣੇ ਘਰੀ ਪਹੁੰਚਾਤਾ ਤੇ ਮੈਂ ਲਾਬਤ ਨੂੰ ਭਾਜੀ ਉਹਨਾਂ ਦਾ ਬਹੁਤ ਧੰਨਵਾਦ ਕਰੂੰਗੀ ਬਿਕਾਜ਼ ਇਹਨਾਂ ਦੇ ਜ਼ਰੀਏ ਹੀ ਮੈਨੂੰ ਉੱਥੇ ਸਾਰਾ ਕੁਝ ਪਤਾ ਲੱਗਿਆ ਤੇ ਜਿੰਨਾ ਵੀ ਫੂਡ ਅਸੀਂ ਕੋਸ਼ਿਸ਼ ਕੀਤੀ ਪਹਿਲਾਂ ਪਛਾਣ ਦੀ ਉੱਥੇ ਤੇ ਮੇਰੀ ਜਗਰੂ ਬਰਾਡ ਐਮ ਐਲਏ ਜਿਹੜੇ ਫਲੀਟਵੁੱਡ ਦੇ ਹੈਗੇ ਉਹਨਾਂ ਨਾਲ ਗੱਲਬਾਤ ਹੋਈ ਤੇ ਉਹਨਾਂ ਨੇ ਮੈਨੂੰ ਬਹੁਤ ਹੌਸਲਾ ਦਿੱਤਾ ਕਹਿੰਦੇ ਤੁਸੀਂ ਹਜੇ ਆਪਣਾ ਜਿਹੜਾ ਵੀ ਪਲਾਨ ਰੱਖੋ ਪਰ ਮੈਂ ਕੋਸ਼ਿਸ਼ ਕਰਾਂਗਾ ਕਿ ਸ਼ਾਮ ਤੱਕ ਉੱਥੇ ਖਾਣਾ ਪਹੁੰਚ ਜਾਊਗਾ which is he did ਤੇ ਉਹ ਤੋਂ ਬਾਅਦ ਫਿਰ ਹੌਲੀ ਹੌਲੀ ਚਲੋ ਇੱਕ ਚੇਨ ਚੁਰਪੀ ਸਾਰੇ ਜਣੇ ਜਿੰਨੇ ਵੀ ਕਮਿਊਨਿਟੀ ਦੇ ਭੈਣ ਭਰਾ ਹੈਗੇ ਆ ਸਾਰਿਆਂ ਨੇ ਕੋਆਰਡੀਨੇਟ ਕਰਕੇ ਇੱਕ ਦੂਜੇ ਦੀ ਹੈਲਪ ਕੀਤੀ ਪਰ ਇਹਨਾਂ ਦਾ ਬਹੁਤ ਵੱਡਾ ਯੋਗਦਾਨ ਹੈ ਇਹਨਾਂ ਕਰਕੇ ਹੀ ਮੈਨੂੰ ਪਤਾ ਲੱਗਿਆ ਤੇ ਮੈਂ ਉਦੋਂ ਹੀ ਰੋਲਾ ਪਾਤਾ ਕਿ we need to get together and help them out ਤੋ ਮੈਨੂੰ ਪਤਾ ਕਿ ਤੁਹਾਡੇ ਮੈਸੇਜ ਸਾਡੀ ਟੀਮ ਤੱਕ ਚੈਨਲ ਪੰਜਾਬੀ ਤੱਕ ਵੀ ਜਿਹੜੇ ਆ ਪਹੁੰਚਾਏ ਜਾ ਰਹੇ ਸੀ ਕਿ ਜਿਵੇਂ ਕਿਵੇਂ ਹੋ ਸਕਦਾ ਸੀ ਇਹਨਾਂ ਸਾਰਿਆਂ ਦੀ ਮਿਲ ਕੇ ਮਦਦ ਕਰੀਏ ਥੋੜੀ ਮੈਸੇਜ ਜਦੋਂ ਸਪਰੈਡ ਕੀਤਾ ਗਿਆ ਤਾਂ ਕਿੰਨੀ ਦੇਰ ਤੱਕ ਜਿਹੜੀ ਹੈ ਇਹਨਾਂ ਤੱਕ ਮਦਦ ਪਹੁੰਚ ਪਾਈ ਔਰ ਕੀ ਓਵਰঅল ਉਥੋਂ ਤੋਂ ਸਾਰੇ ਨਿਕਲਣੇ ਸ਼ੁਰੂ ਹੋ ਗਏ ਸੀ ਹਾਂਜੀ ਮਦਦ ਤਾਂ ਸਾਡੀ 8:30 ਵਜੇ ਤੋਂ ਸਵੇਰ ਤੋਂ ਸ਼ੁਰੂ ਹੋ ਗਈ ਸੀਗੀ ਤੇ ਬਹੁਤ ਜਣੇ ਆਪਣੀ ਕਮਿਊਨਿਟੀ ਦੇ ਲੋਕਾਂ ਨੇ ਮੈਨੂੰ ਕੰਟੈਕਟ ਕਰਨਾ ਸ਼ੁਰੂ ਕਰਤਾ ਭੈਣ ਜੀ ਦੱਸੋ ਕਿੱਦਾਂ ਕਰੀਏ ਕਿੱਦਾਂ ਕਰੀਏ ਹਨਾ ਪਰ ਪ੍ਰੋਬਲਮ ਸੀਗੀ ਕਿ ਖਾਣਾ ਉੱਥੇ ਪ ਤੇ ਮੈਂ ਇੱਕ ਦੋ ਕੰਪਨੀਆਂਜ਼ ਨਾਲ ਉੱਥੇ ਗੱਲ ਵੀ ਕੀਤੀ ਜਿਹੜੇ ਆਪਣੇ ਹੈਲੀਕਾਪਟਰਸ ਵਾਲੇ ਹੈਗੇ ਨੇ ਤੇ ਉਹ ਕਹਿੰਦੇ ਕਿ ਤੁਸੀਂ ਸਾਨੂੰ ਦੱਸੋ ਵੀ ਕਿੰਨੇ ਵਜੇ ਉੱਥੇ ਫੂਡ ਪਹੁੰਚਾਉਣਾ ਪਰ ਉਹ ਤੋਂ ਪਹਿਲਾਂ ਹੀ ਕਾਫੀ ਕੁਝ ਗਵਰਨਮੈਂਟ ਵੱਲੋਂ ਅਰੇਂਜ ਹੋ ਚੁੱਕਿਆ ਸੀਗਾ ਜਗਰੂਬ ਰਾਡ ਐਮਐਲਏ ਵੱਲੋਂ ਤੇ ਉਹ ਕਹਿੰਦੇ ਕਿ ਤੁਸੀਂ ਫਿਕਰ ਨਾ ਕਰੋ ਉਹ ਤੋਂ ਬਾਅਦ ਫਿਰ ਮਿਸਟਰ ਕੀ ਕਹਿੰਦੇ ਆ ਆਪਣੇ ਜਿਹੜੇ ਸ਼ੇਰ ਪੰਜਾਬ ਦੇ ਭਾਜੀ ਹੋਰੀ ਹੈਗੇ ਹਾਂਜੀ ਰਮਾਣਾ ਭਾਜੀ ਹੋਰੀ ਹੈਗੇ ਨੇ ਹਰਜੀਤ ਗਿੱਲ ਜੀ ਹੋਰੀ ਹੈਗੇ ਉਹਨਾਂ ਨੇ ਕਿਸੇ ਤਰੀਕੇ ਦੇ ਨਾਲ ਲਾਲੀ ਬ੍ਰਦਰਸ ਦੇ ਨਾਲ ਕੰਟੈਕਟ ਕੀਤਾ ਤੇ ਉਹਨਾਂ ਨੇ ਆਪਣੇ ਚੌਪਰ ਰਾਈਟ ਵੇ ਤਿਆਰ ਕੀਤੇ ਤੇ ਨਾਲ ਦੀ ਨਾਲ ਐਵੀਸਪੋਟ ਤੋਂ ਖਾਣਾ ਉੱਥੋਂ ਪੈਕ ਕਰਕੇ ਇਹਨਾਂ ਤੱਕ ਪਹੁੰਚਾਉਣਾ ਸ਼ੁਰੂ ਕੀਤਾ ਹਾਂਜੀ ਥੈਂਕ ਯੂ ਅੱਗਦਾ ਸੀ ਮਦਦ ਕੀਤੀ ਤੇ ਬਾਕੀ ਵੀ ਬਾਰ ਨਿਕਲ ਪਏ ਥੈਂਕ ਯੂ ਥੈਂਕ ਯੂ ਕਰਦੇ ਆ ਸਾਰੇ ਜਗਰੂ ਭਾਜੀ ਹੁਣਾਂ ਦਾ ਰਮਾਣਾ ਭਾਜੀ ਦਾ ਹਰਜੀਤ ਭਾਜੀ ਦਾ ਤੇ ਲਾਲੀ ਫਾਰਮ ਵਾਲਿਆਂ ਦਾ ਤਾਂ ਭੈਣ ਜੀ ਹੁਣਾਂ ਦਾ ਤਾਂ ਜਿਹੜਾ ਯੋਗਦਾਨ ਇੰਨਾ ਕਿ ਸਗਾ ਵੀ ਸਾਰਿਆਂ ਦਾ ਤੇ ਸਾਰਿਆਂ ਦਾ ਅਸੀਂ ਦਿਲੋਂ ਸਾਰੇ ਡਰਾਈਵਰ ਭਰਾਵਾਂ ਵੱਲੋਂ ਅਸੀਂ ਦਿਲੋਂ ਧੰਨਵਾਦ ਕਰਦੇ ਆ ਵੀ ਜਿਹੜਾ ਸਾਨੂੰ ਐਵਰ ਸਪੋਰਟ ਦੀ ਸੰਗਤ ਸਾਰੀ ਸੰਗਤ ਨੇ ਸਾਡੇ ਤੱਕ ਫੂਡ ਪਹੁੰਚਦਾ ਕੀਤਾ ਫਿਰ ਸਾਡੇ ਇੰਨੇ ਕ ਹੌਸਲੇ ਬਲੰਦ ਹੋ ਗਏ ਕਿ ਸਾਨੂੰ ਚਾ ਚੜ ਗਿਆ ਵੀ ਜੇ ਹੁਣ ਅਸੀਂ ਇੱਥੇ ਹੈਗੇ ਆ ਤੇ ਜਦੋਂ ਹੁਣ ਤੁਰਨ ਲੱਗੇ ਆ ਤੇ ਉਦੋਂ ਏਦਾਂ ਲੱਗਦਾ ਵੀ ਅਸੀਂ ਜਦਾਂ ਵੀ ਇੱਕ ਦੂਜੇ 'ਚ ਹੁਣ ਵਿਛਣ ਲੱਗੇ ਆ ਵੀ ਏਦਾਂ ਦਾ ਪਿਆਰ ਬਣ ਗਿਆ ਸੀਗਾ ਜਦੋਂ ਚਾਹ ਉੱਥੇ ਬਣਦੀ ਸੀਗੀ ਸੋ ਇਹਨੂੰ ਔੜਦੇ ਹੀ ਤੇ ਆ ਕੇ ਸਾਰੇ ਗੋਰੇ ਵੀ ਸਾਡੇ ਕੋਲ ਚਾਹ ਦੇ ਕੱਪ ਵਿੱਚ ਆਹ ਬਣੀ ਕਿ ਨਹੀਂ ਬਣੀ ਕਹਿੰਦੇ ਵੀ ਚਾਹ ਬਹੁਤ ਸਵਾਦ ਬਣਾਉਨੇ ਆ ਤੇ ਬੜਾ ਉੱਥੇ ਸੀਗਾ ਪਰ ਜਿਹੜਾ ਇੰਨਾ ਦਾ ਟਾਈਮ ਕਦੀ ਦੇਖਿਆ ਨਹੀਂ ਸੀਗਾ ਪਹਿਲੀ ਵਾਰੀ ਦੇਖਿਆ ਪਰ ਏਦਾਂ ਦਾ ਰੱਬ ਟਾਈਮ ਨਾਲ ਲਿਆਵੇ ਜਿਹੜਾ ਅੱਖੀਂ ਸੀਨ ਦੇਖਿਆ ਨਾ ਉਹਨਾਂ ਨੂੰ ਪਤਾ ਵੀ ਜਦੋਂ ਥੱਲੇ ਨੂੰ ਆਉਂਦਾ ਹੀ ਇੱਕ ਟਾਈਮ ਤਾਂ ਏਦਾਂ ਦਾ ਵੀ ਆ ਗਿਆ ਹੀ ਹਵਾ ਦਾ ਬੁੱਲਾ ਏਦਾਂ ਆਇਆ ਬਈ ਉਦੋਂ ਟਰੱਕ ਹਲਾ ਤਾ ਬਈ ਉਦੋਂ ਇਦਾਂ ਲੱਗਾ ਕਿ ਹੁਣ ਹੈ ਨਹੀਂ ਕੁਝ ਵੀ ਹੁਣ ਕੰਮ ਖਤਮ ਆ ਤੇ ਇੰਨਾ ਦਾ ਟਾਈਮ ਪਹਿਲੀ ਵਾਰ ਫਸਟ ਟਾਈਮ ਦੇਖਿਆ ਜੀ ਤੇ ਥੈਂਕ ਯੂ ਤੁਹਾਡਾ ਵੀ ਆਪਣੇ ਚੈਨਲ ਪੰਜਾਬੀ ਵਾਲਿਆਂ ਦਾ ਜੀ ਜਿਹੜੇ ਸਾਡੀ ਸਾਰਾ ਤੁਸੀਂ ਸਪੋਰਟ ਕਰ ਰਹੇ ਹੋ ਜੀ ਹਾਂਜੀ ਖਬਰਾਂ ਤੋਂ ਜਾਣਕਾਰੀਆਂ ਦਾ ਸਿਲਸਿਲਾ ਫਿਲਹਾਲ ਇੱਥੇ ਮੁੱਕਦਾ ਨਵੀਆਂ ਤੇ ਤਾਜ਼ਾ ਖਬਰਾਂ ਲੈ ਕੇ ਫਿਰ ਤੋਂ ਹਾਜ਼ਰ ਹੋਵਾਂਗੇ ਇਜਾਜ਼ਤ ਚਾਹੁੰਦੇ ਹਾਂ ਧੰਨਵਾਦ ਸਾਡਾ ਹਰ ਇੱਕ ਪ੍ਰੋਗਰਾਮ ਦੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ